ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਨਵਾਂ ਸਾਲ ਜਦੋਂ ਚੜ੍ਹਦਾ ਤਾਂ ਸਾਰੇ ਇਹ ਕਹਿੰਦੇ ਹੈਗੇ ਆ ਕਿ ਤਰੀਕ ਬਦਲੀ ਹੈਗੀ ਹੈ, ਪਰ ਤਰੀਕ ਨਹੀਂ ਬਦਲੀ, ਤਵਾਰੀਖ ਬਦਲਦੀ ਹੈਗੀ ਆ। ਅਤੇ ਸਾਨੂੰ ਇਹ ਸਾਰਿਆਂ ਨੂੰ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਪੰਜਾਬ ਇਸ ਨਵੇਂ ਵਰ੍ਹੇ ਵਿੱਚ ਕੀ ਕੁਛ ਚਾਹੁੰਦਾ ਹੈਗਾ, ਅਤੇ ਪੰਜਾਬ ਦੇ ਮਸਲੇ ਜਿਹੜੇ ਹੈਗੇ ਆ ਉਹਨਾਂ ਨੂੰ ਕਿੰਨੀ ਗੰਭੀਰਤਾ ਨਾਲ, ਕਿੰਨੀ ਸੰਜੀਦਗੀ ਨਾਲ ਨਜਿੱਠਣਾ ਪਵੇਗਾ। ਜਦੋਂ ਪੰਜਾਬ ਦੀ ਜਵਾਨੀ ਦੀ ਗੱਲ ਸਿਰਫ ਨਸ਼ੇ ਵਿੱਚ ਹੋਵੇ ਤਾਂ ਉਦੋਂ ਸਵਾਲ ਉੱਠਦੇ ਹੈਗੇ ਆ ਕਿ ਪੰਜਾਬ ਦੀ ਜਵਾਨੀ ਦਾ ਜੋਸ਼ ਆ ਜਿਹੜਾ ਉਸ ਜਗ੍ਹਾ 'ਤੇ ਉਸ ਮੁਤਲਕ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ, ਜਿਹੜੀ ਜਵਾਨੀ ਪੰਜਾਬ ਦੀ ਹਮੇਸ਼ਾ ਆਪਦੇ ਜ਼ੋਰ ਦੇ ਨਾਲ ਦੁਨੀਆ ਨੂੰ ਜਿੱਤਣ ਦੀ ਤਾਕਤ ਰੱਖਦੀ ਸੀ, ਉਸ ਜਵਾਨੀ ਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ? ਉਸ ਕਿਸਾਨੀ ਦਾ ਜ਼ਿਕਰ ਹੈ ਜਿਹੜਾ ਉਸ ਵਜ੍ਹਾ ਨਾਲ ਕਿਉਂ ਨਹੀਂ ਹੋ ਰਿਹਾ ਹੈਗਾ, ਜਦੋਂ ਕਿਸਾਨੀ ਆ ਜਿਹੜੀ ਪੂਰੇ ਦੇਸ਼ ਦਾ ਢਿੱਡ ਭਰਦੀ ਹੈਗੀ, ਉਸ ਵਜ੍ਹਾ ਕਰਕੇ ਜ਼ਿਕਰ ਕਿਉਂ ਨਹੀਂ ਹੁੰਦਾ ਹੈਗਾ? ਇਹ ਸਵਾਲ ਵੀ ਸਾਨੂੰ ਸੋਚਣਾ ਪਵੇਗਾ। ਜਦੋਂ ਪੰਜਾਬ ਦੇ ਵਿੱਚੋਂ ਆਵਾਜ਼ ਨਿਕਲਦੀ ਹੈਗੀ, ਔਰਤਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਪੰਜਾਬ, ਤਾਂ ਉਦੋਂ ਔਰਤਾਂ ਦੀ ਗੱਲ ਕਿੰਨੀ ਕੀਤੀ ਜਾਂਦੀ ਹੈ, ਔਰਤਾਂ ਲਈ ਕਿੰਨਾ ਤਿਆਰ ਹੋਇਆ, ਔਰਤਾਂ ਦੀ ਇੱਜ਼ਤ ਕਰਨ ਲਈ ਕਿੰਨਾ ਤਿਆਰ ਹੋਇਆ ਪੰਜਾਬ? ਇਹ ਸਵਾਲ ਵੀ ਪੁੱਛਣ ਲਾਜ਼ਮੀ ਹੈਗਾ। ਧਰਮ ਦੇ ਨਾਂ 'ਤੇ ਜਿਹੜੀਆਂ ਵੰਡੀਆਂ ਪਾਈਆਂ ਜਾ ਰਹੀਆਂ, ਪੰਥ ਦੇ ਨਾਂ 'ਤੇ ਜਿਹੜਾ ਵੰਡਿਆ ਜਾ ਰਿਹਾ ਹੈਗਾ, ਉਸ ਨੂੰ ਵੀ ਸਿਰ ਜੋੜ ਕੇ ਸੋਚਣਾ ਪਵੇਗਾ। ਅਤੇ ਕੇਂਦਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ, ਉਸ ਬਾਰੇ ਪੰਜਾਬ ਕੀ ਸੋਚਦਾ, ਇਹ ਸਾਰੇ ਸਵਾਲ ਹੋਣਗੇ, ਕਿਉਂਕਿ ਪੰਜਾਬ ਆ ਜਿਹੜਾ ਕੌਮਾਂਤਰੀ ਸਰਹੱਦ ਨਾਲ ਘਿਰਿਆ ਹੈਗਾ, ਪਰ ਬਹੁਤ ਮਸਲੇ ਪੰਜਾਬ ਦੇ ਅੱਗੇ ਖੜ੍ਹੇ ਆ। ਉਹਨਾਂ ਸਵਾਲਾਂ 'ਤੇ ਅਸੀਂ ਸਿਰ ਜੋੜਾਂਗੇ, ਚਰਚਾ ਕਰਾਂਗੇ 2020 'ਚ ਕੀ ਚਾਹੁੰਦਾ ਹੈ ਪੰਜਾਬ। ਟਵੈਂਟੀ 'ਚ ਪੰਜਾਬ ਦੇ 10 ਸਵਾਲ ਆ ਜਿਹੜੇ ਤੁਹਾਡੇ ਅੱਗੇ ਅਸੀਂ ਰੱਖ ਰਹੇ ਹਾਂ, ਅਤੇ ਇਹਨਾਂ ਸਵਾਲਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂ ਕਿ ਪੰਜਾਬ ਕੀ ਚਾਹੁੰਦਾ। ਖੇਤੀ ਪ੍ਰਧਾਨ ਸੂਬੇ ਵਿੱਚ ਅੰਨਦਾਤਾ ਨੂੰ ਸਿਆਸਤ ਕਦੋਂ ਪ੍ਰਧਾਨ ਮੰਨੇਗੀ? ਇਹ ਪਹਿਲਾ ਸਵਾਲ ਸਾਡਾ ਰਹੇਗਾ। ਖੇਤੀ ਪ੍ਰਧਾਨ ਸੂਬਾ ਤੰਦਰੁਸਤ ਪੰਜਾਬ ਦੇ ਦਾਅਵਿਆਂ 'ਚ ਜਵਾਨੀ ਲਈ ਕਿਹੜਾ ਮੈਦਾਨ ਤਿਆਰ ਹੋਵੇਗਾ? ਪੰਥ ਦੇ ਨਾਂ 'ਤੇ ਦੁਨੀਆ ਨੂੰ ਨਵੇਕਲੀ ਸੋਚ ਦੇਣ ਵਾਲਾ ਪੰਜਾਬ ਖੁਦ ਕਿੱਥੇ ਖੜ੍ਹਾ? ਇਹ ਵੀ ਸਵਾਲ ਹੋਵੇਗਾ। ਤੀਜਾ ਸਵਾਲ ਆ ਬੜਾ ਮਹੱਤਵਪੂਰਨ, ਔਰਤਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਪੰਜਾਬ ਕਿੰਨਾ ਤਿਆਰ ਹੋਇਆ? ਇਹ ਚੌਥਾ ਸਵਾਲ ਹੈ। ਪੰਜਵਾਂ ਸਵਾਲ ਇਹ ਹੋਵੇਗਾ, ਕਰਜ਼ੇ 'ਚ ਡੁੱਬੇ ਪੰਜਾਬ ਦੇ ਅਰਥਚਾਰੇ ਨੂੰ ਕਿਹੜੀ ਮੁਕਤੀ ਦੀ ਲੋੜ ਹੈ ਕੀ ਹੈ? ਛੇਵਾਂ ਸਵਾਲ, ਪੰਜਾਬ ਨਾਲ ਵਿਤਕਰਾ ਕਰਨ ਵਾਲੇ ਕੇਂਦਰਾਂ ਦੀ ਸੋਚ ਕਦੋਂ ਬਦਲੇਗੀ? ਇਕੱਲੀ ਕੇਂਦਰ ਸਰਕਾਰ ਨਹੀਂ, ਸਾਰੇ ਕੇਂਦਰਾਂ ਦੀ ਅਸੀਂ ਗੱਲ ਕਰ ਰਹੇ ਹਾਂ। ਕੌਮਾਂਤਰੀ ਸਰਹੱਦ ਨਾਲ ਘਿਰੇ ਪੰਜਾਬ ਨੂੰ ਕਿਹੜੀ ਲੜਾਈ ਲਈ ਹਮਲਾ ਮਾਰਨ ਦੀ ਲੋੜ ਹੈ ਕੀ ਹੈ? ਇਹ ਸਵਾਲ ਵੀ ਬੜਾ ਮਹੱਤਵਪੂਰਨ ਹੈ। ਰੈਫਰੈਂਡਮ 2020 ਦੇ ਨਾਂ 'ਤੇ ਪੰਜਾਬ ਨੂੰ ਕੌਣ ਡਰਾ ਰਿਹਾ? ਇਹ ਸਵਾਲ ਵੀ ਪੁੱਛਿਆ ਜਾਵੇਗਾ, ਕਿਉਂਕਿ 2020 ਵਿੱਚ ਸਵਾਲ ਹੈ ਜਿਹੜਾ ਇਹ ਵੀ ਆਪਣੇ ਆਪ ਵਿੱਚ ਅਹਿਮੀਅਤ ਰੱਖਦਾ। ਪ੍ਰਵਾਸ ਲਈ ਸਭ ਕੁਝ ਕਰਦੀ ਪੀੜ੍ਹੀ ਦੀ ਫਿਕਰ ਕਰਦੇ ਪੰਜਾਬ ਦਾ ਭਵਿੱਖ ਕੀ ਹੈਗਾ? ਇਹ ਚਿੰਤਨ ਦਾ ਵਿਸ਼ਾ ਹੈਗਾ ਜਾਂ ਇਹ ਸੋਚਣ ਦਾ ਵਿਸ਼ਾ ਹੈਗਾ ਜਾਂ ਇਹ ਖੁਸ਼ੀ ਮਨਾਉਣ ਦਾ ਮੌਕਾ ਹੈਗਾ ਕਿ ਬਾਹਰਲੇ ਮੁਲਕਾਂ ਵਿੱਚ ਆ ਕੇ ਪੰਜਾਬੀ ਛਾ ਰਹੇ ਆ? ਚੁਗਿਰਦੇ ਦੀ ਰਾਖੀ ਦਾ ਹੋਕਾ ਦੇਣ ਵਾਲਾ ਪੰਜਾਬ ਲਈ ਤੇ ਕਿਵੇਂ ਆਵੇਗਾ? ਕਿਉਂਕਿ ਜਦੋਂ ਪੰਜਾਬ ਦਾ ਪਾਣੀ ਦੂਸ਼ਿਤ ਹੋ ਜਾਵੇ, ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਪਾਣੀ ਨੂੰ ਲਾਈਫ ਲਾਈਨ ਕਿਹਾ ਜਾਂਦਾ, ਅਤੇ ਉੱਥੇ ਬੋਤਲਾਂ ਵਾਲਾ ਪਾਣੀ ਵਿਕਣਾ ਸ਼ੁਰੂ ਹੋ ਜਾਵੇ, ਅਤੇ ਉੱਥੇ ਦਰਿਆ ਜਿਹੜੇ ਦੂਸ਼ਿਤ ਹੋ ਜਾਣ, ਅਤੇ ਜਿੱਥੇ ਹਵਾ ਗੰਦਲੀ ਹੋ ਜਾਵੇ, ਅਤੇ ਪਰਾਲੀ ਦੇ ਨਾਂ 'ਤੇ ਕਿਸਾਨਾਂ ਨੂੰ ਜਿਹੜਾ ਉਹ ਨਿਰਾਦਰ ਕੀਤਾ ਸਹਿਣਾ ਪਵੇ, ਤਾਂ ਫਿਰ ਸਵਾਲ ਆਪਣੇ ਆਪ ਪੁੱਛਣਾ ਲਾਜ਼ਮੀ ਹੋ ਜਾਂਦਾ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਕਿਹਾ ਜਾਂਦਾ ਹੈ ਕਿ ਚੁਗਿਰਦੇ ਦੀ ਰਾਖੀ ਆ ਜਿਹੜੀ ਉਹ ਬਾਬੇ ਨਾਨਕ ਦੀ ਬਾਣੀ 'ਚ ਆਉਂਦੀ ਹੈਗੀ ਆ, ਉਦੋਂ ਪੰਜਾਬ ਕਿੰਨਾ ਤਿਆਰ ਹੈਗਾ? ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਡਾਕਟਰ ਪੈਮ ਰਾਜਪੂਤ, ਇਹ ਵੂਮਨ ਇਸ਼ੂ ਐਕਸਪਰਟ ਨੇ, ਅਤੇ ਇਹਨਾਂ ਨੂੰ ਇੱਥੇ ਇਸ ਕਰਕੇ ਸੱਦਿਆ ਕਿਉਂਕਿ ਇਹਨਾਂ ਦਾ ਇੱਕ ਲੰਬਾ ਤਜਰਬਾ ਹੈਗਾ, ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਕਰਦੇ ਆ, UN ਤੱਕ ਇਹਨਾਂ ਦੀ ਆਵਾਜ਼ ਗੂੰਜਦੀ ਹੈਗੀ ਆ, ਬੜੇ ਇਹਨਾਂ ਨੇ ਖੋਜ ਵੀ ਕੀਤੀ ਹੈਗੀ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਪੰਜਾਬ ਆ ਜਿਹੜਾ ਔਰਤਾਂ ਦੇ ਹੱਕਾਂ ਦੇ ਲਈ ਕਿੰਨਾ ਤਿਆਰ ਹੋਇਆ। ਡਾਕਟਰ ਪੈਮ ਰਾਜਪੂਤ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾਗਰ ਮਾਹਰ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਇਹ ਅਕਸਰ ਗੱਲਾਂ ਕਰਦੇ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਪਾੜੇ ਦੀ, ਅਕਸਰ ਗੱਲਾਂ ਕਰਦੇ ਆ ਸਿੱਖਿਆ ਤੰਤਰ ਦੀ, ਅਕਸਰ ਇਹ ਜ਼ਿਕਰ ਕਰਦੇ ਆ ਕਿ ਜਿਹੜਾ ਆਰਥਿਕ ਅਸਾਵਾਂਪਨ ਹੈਗਾ ਉਹ ਪੰਜਾਬ ਨੂੰ ਡੋਬ ਦੇਵੇਗਾ, ਪੰਜਾਬ ਦੀ ਜਵਾਨੀ ਆ ਜਿਹੜੀ, ਪੰਜਾਬ ਦੀ ਕਿਸਾਨੀ ਹੈ, ਉਸ ਨੂੰ ਨਹੀਂ ਸਾਂਭਿਆ ਤਾਂ ਪੰਜਾਬ ਦਾ ਭਵਿੱਖ ਆ ਜਿਹੜਾ ਉਹ ਗਰਕ ਜਾਵੇਗਾ। ਇਸ ਕਰਕੇ ਡਾਕਟਰ ਗਰਗ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਹੱਲ ਕੀ ਹੈਗਾ। ਡਾਕਟਰ ਗਰਗ, ਤੁਹਾਡਾ ਬਹੁਤ ਸਵਾਗਤ ਹੈ। ਨਵਦੀਪ ਸਿੰਘ ਗਿੱਲ, ਇੱਕ ਨੌਜਵਾਨ ਚਿਹਰਾ, ਨਵਦੀਪ ਸਿੰਘ ਗਿੱਲ ਨੇ ਬਹੁਤ ਕਿਤਾਬਾਂ ਵੀ ਲਿਖੀਆਂ ਖੇਡ ਪੱਤਰਕਾਰੀ ਬਾਰੇ। ਨਵਦੀਪ ਦਾ ਇੱਕ ਚੰਗਾ ਤਜਰਬਾ ਵੀ ਹੈਗਾ, ਜਦੋਂ ਅਸੀਂ ਸਪੋਰਟਸ ਪਾਲਿਸੀ ਦਾ ਜ਼ਿਕਰ ਕਰਦੇ ਹਾਂ ਤਾਂ ਨਵਦੀਪ ਉਸ ਬਾਰੇ ਅਕਸਰ ਆਪਣੀ ਕਲਮ ਨਾਲ ਲਿਖਦੇ ਵੀ ਹੈਗੇ। ਇਸ ਕਰਕੇ ਇਹਨਾਂ ਨੂੰ ਸੱਦਿਆ ਇੱਥੇ ਕਿ ਜਦੋਂ ਪੰਜਾਬ ਦੀ ਜਵਾਨੀ ਜਿਸ ਨੂੰ ਸਿਰਫ ਇੱਕ ਨਸ਼ੇ ਦਾ ਸਿੰਬਲ ਮੰਨ ਲਿਆ ਜਾਵੇ, ਤਾਂ ਉਦੋਂ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਕਿਹੜਾ ਇੱਕ ਚਿਹਰਾ ਮੋਹਰਾ ਜਿਹੜਾ ਦੁਨੀਆ ਸਾਹਮਣੇ ਰੱਖ ਸਕਦੀ ਹੈਗੀ, ਇਹ ਸਮਝਣ ਦੀ ਕੋਸ਼ਿਸ਼ ਕਰਾਂ ਨਵਦੀਪ ਗਿੱਲ ਤੋਂ। ਨਵਦੀਪ ਗਿੱਲ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਜਗਵੰਤ ਸਿੰਘ, ਅਰਥ ਸ਼ਾਸਤਰੀ ਨੇ, ਕਹਿੰਦੇ ਪੈਸੇ ਤੋਂ ਬਿਨਾਂ ਕੁਝ ਨਹੀਂ ਚੱਲਦਾ ਹੈਗਾ, ਅਤੇ ਜਦੋਂ ਪੈਸੇ ਦੀ ਪਹਿਚਾਣ ਆ ਜਿਹੜੀ ਅਖੀਰ ਵਿੱਚ ਹੋਵੇ ਪੰਜਾਬ ਦੇ ਵਿੱਚ, ਤਾਂ ਉੱਥੋਂ ਸਮਝ ਜਾਣਾ ਚਾਹੀਦਾ। ਡਾਕਟਰ ਜਗਵੰਤ ਸਿੰਘ ਕਿੰਨੇ ਚਿੰਤਕ ਹੈਗੇ ਇਸ ਮਸਲੇ 'ਤੇ, ਜਦੋਂ ਪੰਜਾਬ ਦੇ ਵਿੱਚ ਮਸਲਾ ਇਹ ਖੜ੍ਹਾ ਹੋਵੇ ਖਾਲੀ ਖਜ਼ਾਨਾ ਹੈਗਾ, ਅਤੇ ਜਿਹੜਾ GST ਰਿਫੰਡ ਦਾ ਉਸ 'ਤੇ ਰੌਲਾ ਪਿਆ ਹੋਵੇ, ਅਤੇ ਮੁਲਾਜ਼ਮ ਜਥੇਬੰਦੀਆਂ ਸੜਕਾਂ 'ਤੇ ਹੁਣ ਮੁਜ਼ਾਹਰੇ ਹੋਣ, ਅਤੇ ਫਿਰ ਡਾਕਟਰ ਜਗਵੰਤ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ 2020 'ਚ ਕੀ ਚਾਹੁੰਦਾ ਹੈਗਾ ਪੰਜਾਬ। ਜਦੋਂ ਪੱਲੇ ਨਹੀਂ ਸੀ ਧੇਲਾ, ਅਤੇ ਕਰਦੀ ਸੀ ਮੇਲਾ, ਅਤੇ ਫਿਰ ਸਵਾਲ ਉਦੋਂ ਉੱਠ ਖੜ੍ਹੇ ਹੁੰਦੇ। ਡਾਕਟਰ ਜਗਵੰਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ
शुक्रिया जी डॉक्टर गर्ग, नवे वर दी मुबारकां दे नाल कई मेरे दर्शक भी रहे भी सवाल खड़ा करनगे, सिर्फ तरीक बदली है, तुसी पता नहीं कड़ी चर्चा छेड़ ली है। नहीं, तुसी पहला ही कहा है केपी जी भी तारीख नहीं बदली, तो नवे वरे नाल तवरीख भी बदली है। तवारीख जब असी कहने पूरा जिहड़ा दुनिया का इतिहास है वह इस तरह सिरजा जाता है, ज्यों ज्यों एक नवा स्टेप आता है, नवा वर है जिहड़ा ये पुराने नूं भुल के पुराने चो सीख के गलतियां चो सीख के पुराने दे चंगे नूं अगे वधा के ते नवीआं ਕਦਮਾਂ ਦੀ ਨਵੀਆਂ ਪਲਾਂਘਾਂ ਪੁੱਟਣ ਦੀ ਲੋੜ ਹੈ। ਚਲੋ ਠੀਕ ਹੈ ਡਾਕਟਰ ਕਰਕੇ, ਬਹੁਤ ਪੋਜ਼ਿਟਿਵ ਨੋਟ 'ਤੇ ਤੁਸੀਂ ਸ਼ੁਰੂ ਕੀਤਾ। ਮੇਰਾ ਸਵਾਲ ਇਹ ਆ, ਖੇਤੀ ਪ੍ਰਧਾਨ ਸੂਬੇ ਵਿੱਚ ਅੰਨਦਾਤਾ ਨੂੰ ਪ੍ਰਧਾਨ ਕਦੋਂ ਮੰਨੇਗੀ ਸਾਡੀ ਖੇਤੀ ਨੀਤੀ? ਮੈਂ ਯਾਰ ਹੁਣ ਜਿਹੜੀ ਵੱਡੀ ਗੱਲ ਇੱਥੇ ਹੈ ਕਿ ਸਾਡਾ ਜਿਹੜਾ ਵਿਕਾਸ ਦਾ ਮਾਡਲ ਹੈ ਇਹਨੂੰ ਸਾਨੂੰ ਚੈਲੰਜ ਕਰਨਾ ਪਏਗਾ। ਇਹ ਕੁਦਰਤ ਵਿਰੋਧੀ ਹੈ, ਇਹ ਪਿੰਡ ਵਿਰੋਧੀ ਹੈ, ਇਹ ਖੇਤੀ ਵਿਰੋਧੀ ਹੈ, ਇਹ ਪਰਿਆਵਰਨ ਵਿਰੋਧੀ ਹੈ, ਇਹ ਪੋਲਿਊਸ਼ਨ ਜਿੰਨੀਆਂ ਤੁਸੀਂ ਸਮੱਸਿਆਵਾਂ ਲਈਆਂ ਨੇ ਇਹ ਰੁਜ਼ਗਾਰ ਖੁੰਦਾ ਹੈ। ਮੈਂ ਦੋ ਲਾਈਨਾਂ 'ਚ ਹੀ ਕਹਾਂਗਾ ਕਿਵੇਂ ਸਾਡੇ ਦੇਸ਼ ਦੇ ਵਿੱਚ ਵੀ, ਪ੍ਰੋਫੈਸਰ ਸਾਹਿਬ ਬੈਠੇ ਨੇ ਇਹ ਜ਼ਿਆਦਾ ਡਿਟੇਲ ਦੱਸਣਗੇ ਅਰਥ ਅੰਕੜਿਆਂ ਦੀ, ਪੰਜਾਬ ਵਿੱਚ ਵੀ ਖੇਤੀ ਦਾ ਇੰਪਲਾਇਮੈਂਟ ਵਿੱਚ ਰੁਜ਼ਗਾਰ ਦੇਣ 'ਚ 36% ਕਰੀਬ ਹਿੱਸਾ ਹੈ। ਜੇ ਅਸੀਂ ਇਹਦੇ 'ਚ ਪੈਸੇ ਦਾ ਹਿਸਾਬ ਲਾਈਏ ਤਾਂ ਸਿਰਫ 14% ਖੇਤੀ ਨੂੰ ਮਿਲ ਰਿਹਾ ਹੈ। ਜੇ 14 ਰੁਪਈਏ 36% ਨੂੰ ਰੁਜ਼ਗਾਰ ਦੇਣ ਵਾਲਿਆਂ ਨੂੰ ਜਾਂ ਜਿਨ੍ਹਾਂ 'ਤੇ 45% ਆਬਾਦੀ ਨਿਰਭਰ ਉਹਨੂੰ ਮਿਲਣੇ ਨੇ ਤਾਂ ਸਾਰੀਆਂ ਰਾਮਤਾਂ ਜਿਹੜੀਆਂ ਤੁਸੀਂ ਗਿਣੀਆਂ ਨੇ ਪਹਿਲੇ 10 ਪੁਆਇੰਟਾਂ 'ਚ ਉਹ ਸਾਰੀਆਂ ਇੱਥੇ ਆਉਣੀਆਂ ਨੇ। ਸੋ ਸਾਨੂੰ ਵਿਕਾਸ ਦਾ ਮਾਡਲ ਅੱਜ ਵੀ ਅਸੀਂ ਇਸੇ ਗੱਲ 'ਤੇ ਤੁਰੇ ਹੋਏ ਹਾਂ, ਲੋੜ ਇਸ ਦੀ ਹੈ ਕਿ ਅਸੀਂ ਇੱਥੇ ਖੇਤੀ ਦੇ ਰਾਹੀਂ ਕਿਵੇਂ ਆਪਦੇ ਉਤਪਾਦਨ ਨੂੰ ਵਧਾਈਏ, ਕਿਵੇਂ ਅਸੀਂ ਇੱਥੇ ਜੋਬ ਦਈਏ, ਕਿਵੇਂ ਲੋਕਾਂ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰੀਏ, ਕਿਵੇਂ ਖੇਤੀ ਪਰਿਆਵਰਨ ਦੇ ਅਨੁਕੂਲ ਹੋਵੇ ਇਹਦੀ ਬਜਾਏ ਕਿ ਖਰਾਬ ਕਰੇ, ਪਾਣੀ ਦਾ, ਹਵਾ ਦਾ, ਮਿੱਟੀ ਦਾ ਜਿਹੜਾ ਤੁਸੀਂ ਜ਼ਿਕਰ ਕਰਿਆ, ਕਿਵੇਂ ਖੇਤੀ ਹੈ ਜਿਹੜੀ ਉਹਦੇ ਵਿੱਚੋਂ ਸਾਡਾ ਸੱਭਿਆਚਾਰ, ਚਾਹੇ ਉਹ ਖੇਡਾਂ ਦਾ ਹੈ, ਚਾਹੇ ਗੀਤਾਂ ਦਾ ਹੈ, ਚਾਹੇ ਨੱਚਣ ਟੱਪਣ ਦਾ ਹੈ, ਉਹ ਸੱਭਿਆਚਾਰ ਮੁੜ ਕੇ ਸਾਨੂੰ ਯਾਦ ਕਰਾਵੇ। ਇਹ ਗਾਦੀ ਵਰੀ ਨਿਵਾਰੀ ਇਸ ਅੱਗੇ ਬਲਦ ਵਗਦਾ ਬਲਦ ਹਜ਼ਾਰੀ। ਸੋ ਇਹ ਜਿਹੜਾ ਅਸੀਂ ਸੱਭਿਆਚਾਰ ਹੈ ਉਹਦੇ ਰਾਹੀਂ ਅਸੀਂ ਨੌਜਵਾਨ ਨੂੰ ਜੋਸ਼, ਨਵਾਂ ਕੰਮ ਦੀ ਇੱਕ ਉਮੀਦ, ਇੱਕ ਨਵਾਂ ਸਿਰਜਣ ਦੀ ਉਮੀਦ, ਇਸ ਨਵੇਂ ਵਰੇ 'ਚ ਸਾਨੂੰ ਚਾਹੀਦਾ ਕਿ ਅਸੀਂ ਪਹਿਲਾਂ ਜਿਹੜੀਆਂ ਗਲਤੀਆਂ ਕਰੀਆਂ ਨੇ ਉਹਨਾਂ ਤੋਂ ਸਿੱਖ ਕੇ ਉਹਨਾਂ ਨੂੰ ਨਾ ਦੁਹਰਾਈਏ, ਅਸੀਂ ਅੱਗੇ ਵੱਲ ਵਧੀਏ ਅਤੇ ਖੇਤੀ ਦੇ ਮਾਡਲ ਨੂੰ ਚੰਗਾ ਮਾਡਲ ਬਣਾ ਕੇ ਅੱਗੇ ਲੈ ਕੇ ਜਾਈਏ। ਠੀਕ ਹੈ, ਚਲੋ ਖੇਤੀ ਫਿਰ ਦੁਬਾਰਾ ਵੀ ਗੱਲ ਹੋਵੇਗੀ। ਨਵਦੀਪ, ਸਵਾਲ ਇਹ ਹੈਗਾ ਪੰਜਾਬ ਦੀ ਜਵਾਨੀ ਦਾ, ਬਹੁਤੇ ਲੋਕ ਹੁਣ ਸਵਾਲ ਕਰਦੇ ਆ ਹੁਣ ਦਾਰੇ ਪੈਦਾ ਨਹੀਂ ਹੁੰਦੇ ਗੇ, ਗਾਮੇ ਆ ਜਿਹੜੇ ਉਹ ਦੇਖਦੇ ਨਹੀਂ ਹੈਗੇ। ਮੇਰਾ ਦਾਰੇ ਗਾਮੇ ਵਾਲਾ ਸਵਾਲ ਨਹੀਂ ਹੈਗਾ, ਸਵਾਲ ਇਹ ਹੈਗਾ ਇਕੱਲੀ ਖੇਡ ਨੀਤੀ ਦੇ ਨਾਲ ਪੰਜਾਬ ਦੀ ਪਰਿਭਾਸ਼ਾ ਬਦਲ ਜਾਵੇਗੀ ਮੈਦਾਨਾਂ ਦੇ ਉੱਤੇ ਜਾਂ ਨਹੀਂ? ਦੇਖੋ ਜੀ ਕੇਪੀ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰਾਂ, 220 ਸਾਲ ਚੜ੍ਹ ਗਿਆ, 220 366 ਦਿਨ ਵਾਲਾ ਸਾਲ ਆ, ਲੀਪ ਦਾ ਸਾਲ ਆ ਜਿਹਨੂੰ 29 ਫਰਵਰੀ ਦਾ ਮਹੀਨਾ ਕਹਿੰਦਾ, ਅਤੇ ਸਪੋਰਟਸ ਦੇ ਵਿੱਚ ਲੀਪ ਦੇ ਸਾਲ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਕਿਉਂਕਿ ਓਲੰਪਿਕ ਈਅਰ ਹੁੰਦਾ ਹੈਗਾ। 1896 ਏਥਨਸ ਤੋਂ ਲੈ ਕੇ ਹਰ 4 ਸਾਲ ਬਾਅਦ ਓਲੰਪਿਕਸ ਆਉਂਦੀ ਆ, ਅਤੇ ਖੇਡਾਂ ਵਾਲੇ ਲਈ, ਯੂਥ ਲਈ ਇਹ ਸਭ ਤੋਂ ਇੰਪੋਰਟੈਂਟ ਸਾਲ ਹੁੰਦਾ। ਟੋਕੀਓ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ 2020 ਓਲੰਪਿਕਸ ਗੇਮਸ ਹੋ ਰਹੀਆਂ ਨੇ, ਅਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਅੰਕੜਿਆਂ ਦੇ ਨਾਲ ਦੇਣਾ ਚਾਹੂੰਗਾ। ਸਾਨੂੰ ਓਲੰਪਿਕਸ ਦੇ ਵਿੱਚ ਜੋ ਸਾਡੇ ਕੰਟੀਨੈਂਟ ਜਾਏਗਾ ਇੰਡੀਆ ਦਾ, ਸਾਨੂੰ ਬੜੇ ਮਾਣ ਦੀ ਗੱਲ ਆ, ਇੰਡੀਅਨ ਹਾਕੀ ਟੀਮ ਜੋ ਕੁਆਲੀਫਾਈ ਹੋਈ ਆ ਓਲੰਪਿਕ ਲਈ, ਉਸ ਦੇ ਵਿੱਚ 12 ਪਲੇਅਰ ਪੰਜਾਬ ਦੇ ਨੇ। ਅਸੀਂ ਉਹ ਦੌਰ ਦੇਖਿਆ ਜਦੋਂ ਪੰਜਾਬ ਦੇ ਪਲੇਅਰ 3 ਜਾਂ 4 ਰਹਿ ਗਏ ਸੀ ਇੰਡੀਆ ਟੀਮ ਦੇ ਵਿੱਚ, 12 ਪਲੇਅਰ ਨੇ। 12ਵੇਂ ਪਲੇਅਰ ਦੀ ਐਂਟਰੀ ਪਰਸੋਂ ਕੈਂਪ ਦੇ ਵਿੱਚ ਦਿਲਪ੍ਰੀਤ ਸਿੰਘ ਦੀ ਹੋਈ ਆ, ਮਨਦੀਪ ਸਿੰਘ ਆ, ਚਾਹੇ ਮਨਪ੍ਰੀਤ ਸਿੰਘ ਆ, ਚਾਹੇ ਹਰਮਨ ਆ, ਚਾਹੇ ਰੁਪ, ਅਤੇ ਇਹ ਪਲੇਅਰ ਸਾਡੀ ਟੀਮ ਦੇ ਵਿੱਚ ਨੇ। ਸਾਨੂੰ ਸਭ ਤੋਂ ਵੱਡੀ ਆਸ ਆ ਕਿਉਂਕਿ ਰਿਕਾਰਡ ਖੇਡ ਮੈਦਾਨ ਦੇ ਵਿੱਚ ਗੱਲਾਂ ਨਹੀਂ ਬੋਲਦੀਆਂ, ਰਿਕਾਰਡ ਬੋਲਦੇ ਨੇ। ਜਦੋਂ ਖੇਡ ਮੈਦਾਨ 2020 ਓਲੰਪਿਕਸ ਹੋਣਗੀਆਂ ਟੋਕੀਓ ਦੇ ਵਿੱਚ, ਕਿਉਂਕਿ ਅਸੀਂ ਇਸ ਟਾਈਮ ਓਲੰਪਿਕ ਜਿਹੜੀਆਂ ਪਾਵਰ ਟੀਮ ਵੀ ਸਾਡੀ ਕੁਆਲੀਫਾਈ ਕੀਤੀ, ਅਸੀਂ ਵਿਮਨ ਟੀਮ ਦੇ ਵਿੱਚ ਵੀ ਸਾਡੇ ਰੀਨਾ ਖੋਖਰ ਆ, ਚਾਹੇ ਗੁਰਜੀਤ ਕੌਰ ਆ, ਫਿਰ ਅਥਲੈਟਿਕ ਦੇ ਵਿੱਚ ਸਾਡੇ ਤੇਜਿੰਦਰ ਤੂਰ ਆ, ਰੁਪਿੰਦਰ ਸਿੰਘ ਆ, ਚਾਹੇ ਸਾਡੇ ਕੋਲ ਸ਼ੂਟਰਸ ਨੇ, ਚਾਹੇ ਸਾਡੇ ਕੋਲ ਰੈਸਲਰਸ ਨੇ ਆਉਣ ਵਾਲੇ ਸਮੇਂ 'ਚ, ਅਤੇ ਸਾਡੇ ਰਿਕਾਰਡ ਟੋਕੀਓ ਓਲੰਪਿਕ 'ਚ ਬੋਲਣਗੇ। ਸਪੋਰਟਸ ਪਾਲਿਸੀ ਦਾ ਰਿਜ਼ਲਟ ਤੁਹਾਨੂੰ ਸਿੱਧਾ ਟੋਕੀਓ ਓਲੰਪਿਕ 'ਚ ਮਿਲੇਗਾ, ਕਿਉਂਕਿ ਇੱਕ ਟੀਮ ਦੇ ਵਿੱਚ ਇੱਕ ਸਟੇਟ ਦੇ 12 ਪਲੇਅਰਾਂ ਦਾ ਜਾਣਾ ਬਹੁਤ ਵੱਡੇ ਮਾਣ ਵਾਲੀ ਗੱਲ ਆ। ਅਤੇ ਅਸੀਂ ਅਰਜਨਟੀਨਾ, ਬੈਲਜੀਅਮ ਵਰਗੀਆਂ ਵਰਲਡ ਪਾਵਰਸ ਨੂੰ ਹਰਾਇਆ ਪਿਛਲੇ ਸਮੇਂ 'ਚ ਅਸੀਂ, ਅਤੇ ਇਸ ਕਰਕੇ ਇਸ ਵਾਰ ਟੋਕੀਓ ਓਲੰਪਿਕ ਸਾਨੂੰ ਮੈਡਲ ਦੀ ਹੋਪ ਆ। ਅਤੇ ਟੋਕੀਓ ਓਲੰਪਿਕ ਦਾ ਜੇ ਮੈਡਲ ਆਉਂਦਾ ਤਾਂ ਪੰਜਾਬ ਦੇ ਪਲੇਅਰਾਂ ਦੀ ਕੰਟਰੀਬਿਊਸ਼ਨ ਦਾ ਆਪਣੇ ਆਪ ਤੱਥ ਸਾਹਮਣੇ ਬੋਲਣਗੇ। ਇਸ ਤੋਂ ਇਲਾਵਾ ਖੇਲੋ ਇੰਡੀਆ ਦੇ ਵਿੱਚ ਅਸੀਂ 7ਵਾਂ ਸਥਾਨ ਸੀ ਪਿਛਲੇ ਸਾਲ, ਇਸ ਵਾਰ ਖੇਲੋ ਇੰਡੀਆ ਗੇਮਸ ਹੋ ਰਹੀਆਂ ਉਹਦੇ ਵਿੱਚ ਵੀ ਅਸੀਂ ਇੰਪਰੂਵ ਕਰਾਂਗੇ ਖੇਲੋ ਇੰਡੀਆ ਗੇਮਸ ਦੇ ਵਿੱਚ, ਅਤੇ ਹੋਰ ਵੀ ਜਿੰਨੇ ਵੀ ਨੈਕਸਟ ਟੂਰਨਾਮੈਂਟ ਆਉਣਗੇ ਇਸ ਸਾਲ ਦੇ ਵਿੱਚ, ਅਤੇ ਪੰਜਾਬ ਦੇ ਖਿਡਾਰੀ ਆਪਣੇ ਅੰਕੜਿਆਂ ਰਾਹੀਂ ਬੋਲਣਗੇ। ਇਸ ਤੋਂ ਇਲਾਵਾ ਹੋਰ ਇਵੈਂਟ ਵਿੱਚ ਵੀ ਪੰਜਾਬੀ ਪਾਰਟੀਸਪੇਟ ਕਰ ਰਹੇ ਆ? ਬਿਲਕੁਲ ਜੀ, ਸ਼ੂਟਿੰਗ ਦੇ ਵਿੱਚ, ਸ਼ੂਟਿੰਗ ਇਸ ਟਾਈਮ ਪੰਜਾਬ ਦੀ ਮੇਜਰ ਮਰਜਿੰਗ ਗੇਮ ਆ, ਕਿਉਂਕਿ ਇਹ 'ਚ ਅਪ ਡਾਊਨ ਗੇਮ 'ਚ ਆਉਂਦੇ ਰਹਿੰਦੇ ਆ। ਕੋਈ ਸਮਾਂ ਸੀ ਹਾਕੀ ਦੇ ਵਿੱਚ ਅਸੀਂ ਪੰਜਾਬ ਅੱਗੇ ਸੀ, ਫਿਰ ਦੂਜੇ ਸਟੇਟਸ ਆ ਗਏ, ਰੈਸਲਿੰਗ ਦੇ ਵਿੱਚ ਹਰਿਆਣਾ ਅੱਗੇ ਆ ਗਿਆ, ਸ਼ੂਟਿੰਗ ਦੇ ਵਿੱਚ ਪੰਜਾਬ ਬਹੁਤ ਅੱਗੇ ਆ, ਸ਼ੂਟਿੰਗ ਦੇ ਵਿੱਚ ਵੀ ਤੁਸੀਂ ਪੰਜਾਬ ਨੂੰ ਖੇਡਾਂ ਦੇ ਵਿੱਚ ਪਛੜਿਆ ਹੋਇਆ ਨਹੀਂ ਮੰਨਦੇ? ਬਿਲਕੁਲ ਨਹੀਂ ਜੀ, ਜਦੋਂ ਅੰਕੜਿਆਂ ਦੀ ਗੱਲ ਕਰਦੇ ਹਾਂ,
हरियाणा नो डाउट असीं कहिंदे नंबर 1 आ हरियाणे तो बाद पंजाब दे प्लेयर नेड़े मैडल जितदे ने हरियाणा दी खेड नीति अज भी बेहतर है पंजाब नालों पंजाब दी खेड नीति हरियाणे नालों मैं बेहतर दी मुकाबले दी गल करांगे पिछले समय च जो पंजाब ने खेड नीति बनाई आ रुपिंदर पाल जो खिडारी सी साडा तुसीं आप जानदे हो हरपिंदर सिंह सी जो हरियाणे नूं रिप्रेजेंट करना चाहुंदे सी जदों 1 करोड़ दा कैश प्राइज मिलिया पिछले साल एशियन गेमां जित्तण दा तां ओह वापस पंजाब दे वल आया खिडारियां नूं रिवार्ड दी गल आ पिछले साल 103 खिडारियां नूं महाराजजीत सिंह अवार्ड दित्ता महाराजजीत सिंह अवार्ड दी राशि हुण वधा के 5 लाख कीती जा रही आ खिडारी नूं जदों कैश प्राइज ते रिवार्ड मिलेगा तां खिडारी अपने आप होणगे खिडारी उही हुंदे ने जदों ओह कोई खिडारी दूजी स्टेट नूं रिप्रेजेंट करदा गा असीं दूजी स्टेट दा नाम लैण लग जांदे आ खिडारी ओह पहलां वी पंजाब दे सी हुण वी पंजाब दे ने ते हुण पंजाब ने इहनां नूं कैश प्राइज दित्ता गा रिवार्ड दित्ता ते पंजाब च वापस आउणगे ते पंजाब दा मान वधाउणगे किसानी ते जवानी दी असीं गल कर लईए एक छोटा जिहा वक्फा लवांगे वक्त वापस आवां के होर जिहड़े मुद्दे हैगे साडे सामने उहनां दी वी गल करनी हैगी आ 2020 दा मतलब की हुंदा 2020 दा मतलब इह हुंदा कि असीं पुराने मुद्दे जिहड़े हैगे आ उहनां दे विच असीं की सिख्या हैगा ते नवें वरे दे जा के असीं की करना हैगा इह सानूं सब नूं सोचना पवेगा ते खुशी नाल इस्तकबाल करना पवेगा नवें वरे दा पर नवें वरे दे विच चुनौतियां बहुत सारियां हैगियां साडा काम है खबरां दा ते मसले चुकन दा ते जो मसले असीं चुकदे हैगे ते गंभीरता नाल संजीदगी नाल सोचना पवेगा जिहड़े तुसीं पिछे भंगड़े वाले देखदे पए हो इह भंगड़े वी तां ही पैणगे जे साडे चेहरियां ते रौनकां होवेगी कोशिश करांगे चेहरे ते रौनकां आउण ब्रेक तों वापस आ रहे हां पर पैम राजपूत जी असी गुरु नानक देव जी दा बाणी दा जो जिक्र करते हैं गुरु नानक देव जी दे प्रकाश पुरब दे मौके असी औरतों दे हक्कां दी राखी गल करते हैं औरतां अगे नालो होर जिहड़ियां मजबूत होईयां पंजाब दे च पंजाब दी सोच जिहड़ी बदली औरतां प्रति जां नहीं पैम राजपूत जी पहले तो मैं तुहानूं फिर तो 2020 दी नवें साल दी मुबारकबाद देनी आ शुक्रिया तुहानूं बहुत मुबारक और बड़ा अच्छा किया तुसी गुरु नानक देव जी का जिक्र किया क्योंकि सही मायने च देखा जाए तो मैं गुरु नानक देव जी नू फस्ट फैमिनिस्ट मानांगी फस्ट फैमिनिस्ट एंड फस्ट एनवायरमेंटलिस्ट जिहड़ी बाणी है पवन गुरु पाणी पिता तुसी देखो जो अज गल कर रहे हो वो बाबा जी ने अज तो 550 साल पहले करी और बड़े सैमीनार भी होए इस दौरान और ये सैमीनारां विच कि हर जगह तो मैं देखा भी रख्या गया भी बाणी च की किया गया पर अज आपां गल कर रहे हैं 2020 दी और 2020 जड़ा है बहुत ही महत्वपूर्ण है इस पिछे कि सानू 25 साल हो जाने हैं जिहड़ी UN दी फोर्थ वर्ल्ड कॉन्फ्रेंस हुई थी विमेन दी वो हुई सी 1995 और उहदा असीं जायज़ा लै रहे हैं इंटरनेशनल लेवल ते नेशनल लेवल ते और अपने पंजाब दे लेवल ते भी जड़ा असी उत्थे मन के आईयां सी सरकारां उंदा की बणिया दूसरी इहदे नाल एक महत्वपूर्ण होर इवेंट है 2015 विच सस्टेनेबल डिवेलपमेंट गोल्स बनाए गए और उंदे च वी साडी भारतीय सरकार दी बड़ी पहलकदमी सी मनन विच और उहनां सस्टेनेबल डिवेलपमेंट गोल्स दे अंदर एक गोल खास करके औरतों ते है वो है गोल 5 जेंडर इक्वालिटी एंड एम्पावरमेंट ऑफ विमेन तो 5 साल उन्होंने तो 25 साल उन्होंने असं अज जायज़ा लै रहे हैं तो जे असी 2020 देखिए कि पंजाब कित्थे है मैं जेड़े 2-3 मुद्दे खास करके जड़े उन्दे विच कहे गए है और उन्दा मैं अज जिक्र करांगी कि नीति आयोग ने अज रिपोर्ट रिलीज़ की है जिन्हों कहिंदे है सस्टेनेबल डिवेलपमेंट गोल्स इंडैक्स इंडिया इंडैक्स आया और इंडिया इंडेक्स आया और वो मैं चाहवागी कि सारे देखन पर मैं गोल 5 ते ही आवागी उन दे विच उंदा भी जिक्र है तो पंजाब कित्थे है पंजाब जड़ा उन दे विच 4 रनर नहीं है सिर्फ जड़ा नीचे है परफॉर्मिंग स्टेट है उस गोल दे विच तीन चीज़ों का मैं खास पंजाब दे उस च मैं जिक्र करांगी पहली गल विमेन दी इंप्लॉयमेंट कित्थे है लेबर फोर्स पार्टिसिपेशन रेट कित्थे है साडा स्टेटां चों नीचे है ओनली 18% जिहड़ियां औरतां कामकाजी औरतां ने और ये डिकलाइन होया 2004-05 च 35 दे करीब से डिकलाइन होके 18 ते आ गया और रूरल वीमेन दा भी काफ़ी ज़्यादा गिरया है सो एक तां सानू ये देखण दी जरूरत है कि अज जदों असीं कहने हां कि जेंडर पैरिटी होनी चाहीदी है और वो गोल विच कहा गया कि इकनोमिक पार्टीसिपेशन होनी चाहीदी है और उहदे नाल ही एक वर्ड यूज़ किया गया अनपेड वर्क साडियां 66% औरतां जिहड़ियां
वह अनपेड वर्क कर दी हैं और यह कहा गया कि भी इन्हों का वर्क रिकोगनाइज करो रिड्यूस करो और रीडिस्ट्रीब्यूट करो ताकि पॉलिसीज जड़िया आन चाहे वह सोशल सिक्योरिटी के माध्यम नाल ना आन या होर चीज़ों के नाल इन्हों का अनपेड वर्क जड़ा रिकोगनाइज करके घटाया जाए। पंजाब कित्थे है, पंजाब च वर्कफोर्स पर डिकलाइन कर रहा है। इन्दे नाल जे असी वायलेंस जोड़ कर दिए तो तुहानू नोट किया होगा पिछे ही एक पंजाबी यूनिवर्सिटी वाले ने रिसर्च की कि साडियां जड़ियां औरतां खेतां विच काम करदियां ठीक है जी वह 90% दे के जड़ियां खेतां च काम करदियां जिन्हां दा जड़ा कुछ हो रहा कितने खाकियां च नहीं आ रहा ਉਹ ਦੇ ਆਰ ਸੈਕਸ਼ੂਅਲੀ ਅਬਿਊਜ਼ਡ ਸ਼ੋਸ਼ਣ ਹੋ ਰਿਹਾ ਹੈ। ਡਾਕਟਰ ਗਿਆਨ ਸਿੰਘ ਦੀ ਰਿਪੋਰਟ ਦੀ ਗੱਲ ਕਰ ਰਹੇ ਸੀ। ਹਾਂਜੀ ਔਰ ਖਾਸ ਕਰਕੇ 14 ਤੋਂ 18 ਸਾਲ ਦੀਆਂ ਬੱਚੀਆਂ ਜਿਹੜੀਆਂ ਇੱਕ ਤਾਂ ਉਹ ਬੱਚੀਆਂ ਕੰਮ ਕਰ ਰਹੀਆਂ ਖੇਤਾਂ 'ਚ ਜੈਂਡਰ ਪੈਰਿਟੀ ਨਹੀਂ ਹੈ ਨਾ ਜਿਹੜੇ ਉਹਨਾਂ ਨੂੰ ਵੇਜਸ ਦਿੱਤੇ ਜਾ ਰਹੇ ਕਿੰਨਾ ਟਾਈਮ ਉਹਨਾਂ ਨੂੰ ਡਾਕਟਰ ਪੈਮ ਰਜਬੂਤ ਬਾਬੇ ਨਾਨਾ ਦੇ ਫਲਸਫੇ ਤੋਂ ਹੀ ਬਹੁਤ ਦੂਰ ਖੜੇ ਹਾਂ ਜੀ ਬੜੇ ਦੂਰ ਖੜੇ ਹਾਂ ਬਹੁਤ ਦੂਰ ਖੜੇ ਤੇ ਜਦੋਂ 2020 ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਮੀਦ ਕਰਦੇ ਹਾਂ ਕਿ ਇਕਨੋਮਿਕ ਪਾਰਟਿਸਿਪੇਸ਼ਨ ਵਧਣੀ ਚਾਹੀਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਵਾਇਲੈਂਸ ਫਰੀ ਹੋਏ ਔਰ ਇਹ ਜਿਹੜੇ ਡਰੱਗਸ ਦਾ ਹਾਲੇ ਵੀ ਜਿਹੜਾ ਹੈ ਜਿਹੜੀਆਂ ਕਿ ਪਹਿਲੇ ਔਰਤਾਂ ਪੈਡਲਰ ਸੀ ਹੁਣ ਔਰਤਾਂ ਨੇ ਵੀ ਡਰੱਗਸ ਦੇ ਵਿੱਚ ਜਾਣਾ ਸ਼ੁਰੂ ਕੀਤਾ ਇਹਨਾਂ ਵਾਸਤੇ ਕੁਝ ਕੀਤਾ ਬਹੁਤ ਗੰਭੀਰ ਵਿਸ਼ਾ ਤੁਸੀਂ ਚੁੱਕ ਲਿਆ। ਡਾਕਟਰ ਜਗਵੰਤ ਸਿੰਘ ਪੰਜਾਬ ਦਾ ਜਿਹੜਾ ਕੋਈ ਨਵਜੰਮਾ ਬੱਚਾ ਹੈਗਾ ਉਹ ਕਰਜ਼ੇ ਦੀ ਪੰਡ ਲੈ ਕੇ ਜੰਮਦਾ ਪਿਆ ਪੰਜਾਬ ਦੀ ਸਰਕਾਰ ਦਾ ਖਜ਼ਾਨਾ ਖਾਲੀ ਹੈ GST ਰਿਫੰਡ ਲਈ ਰੋਣੇ ਰੋ ਰਿਹਾ ਪੰਜਾਬ ਸਵਾਲ ਬਹੁਤ ਸਾਰੇ ਪੰਜਾਬ ਦੇ ਅੱਗੇ ਖੜ੍ਹੇ ਪੰਜਾਬ ਅਰਥ ਵਿਵਸਥਾ ਦੇ ਮਾਮਲੇ ਵਿੱਚ ਬਿਲਕੁਲ ਫਾਡੀ ਹੈ। ਮੈਂ ਕੱਲ੍ਹ ਇੱਕ ਸਾਡੇ ਕੋਲ ਰਿਪੋਰਟ ਵੀ ਆਈ ਸੀ ਉਸ ਰਿਪੋਰਟ ਵਿੱਚ ਵੀ ਇਹ ਇੰਡੈਕਸ ਵਿੱਚ ਤੈਅ ਹੋ ਗਿਆ ਕਿ ਪੰਜਾਬ ਅਰਥਚਾਰਾ ਜੇ ਇਕੱਠਾ ਕਰਦਾ ਉਹਦੇ ਵਿੱਚ ਵੀ ਫਾਡੀ ਹੈ ਅਤੇ ਜਿਹੜਾ ਮਾਲੀਆ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਟੈਕਸ ਦੇ ਰੂਪ ਵਿੱਚ ਉਹ ਫਾਡੀ ਤਾਂ ਹੈਗਾ ਹੀ ਹੈਗਾ ਜਿਹੜਾ ਸਾਡਾ ਪਰ ਕੈਪੀਟਲ ਇਨਕਮ ਹੈ ਉਹਦੇ ਵਿੱਚ ਵੀ ਅਸੀਂ ਪਿੱਛੇ ਜਾ ਰਹੇ ਹਾਂ। ਇਹ ਸਾਰੀਆਂ ਗੱਲਾਂ ਸਹੀ ਨੇ ਜੋ ਇਹਦੀਆਂ ਅੰਕੜੇ ਤੁਹਾਡੇ ਸਾਹਮਣੇ ਆਉਂਦੇ ਆ ਉਹ ਬਿਲਕੁਲ ਸਹੀ ਨੇ। ਪੰਜਾਬ ਦੀ ਇਕਨੋਮੀ ਦੇ ਉੱਤੇ ਵੱਡੇ ਵੱਡੇ ਬਹੁਤ ਵੱਡੇ ਕ੍ਰਾਈਸਿਸ ਡਿਵੈਲਪ ਹੋਏ ਆ ਔਰ ਉਸ ਵਿੱਚ ਬਹੁਤ ਅਨਫੋਰਚੁਨੇਟ ਗੱਲ ਇਹ ਹੈ ਕਿ ਜੋ ਸਾਡੀ ਸਟੇਟ ਦੀ ਪੋਲੀਟੀਕਲ ਲੀਡਰਸ਼ਿਪ ਜੋ ਮੈਂ ਕਹਿੰਦਾ ਮੈਂ ਸਾਰੀ ਪਾਰਟੀਆਂ ਦੀ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕਰ ਰਿਹਾ ਅਤੇ ਬਿਊਰੋਕਰੇਸੀ ਉਹਨਾਂ ਮੁੱਦਿਆਂ ਨੂੰ ਬਿਲਕੁਲ ਐਡਰੈਸ ਨਹੀਂ ਕਰ ਪਾਈ ਅਤੇ 2020 ਵਿੱਚ ਅਰਥਚਾਰੇ ਦੇ ਤੌਰ 'ਤੇ ਦੇਖੀਏ ਤਾਂ ਪੰਜਾਬ ਲਈ ਹੋਰ ਵੀ ਵੱਡੀਆਂ ਚੈਲੇਂਜਸ ਨੇ। ਮੈਂ ਕਹਿ ਲਓ ਕਿ ਸਟਿਕਿੰਗ ਆਊਟ ਮਾਈ ਨੈਕ ਵਾਲੀ ਗੱਲ ਹੈ 3 ਮਹੀਨੇ ਬਾਅਦ ਪੰਜਾਬ ਦਾ ਬਜਟ ਪੇਸ਼ ਹੋਣਾ ਔਰ ਮੈਂ ਜੋ ਇਸ ਮੌਕੇ ਉਹਦਾ ਅੰਦਾਜ਼ਾ ਲਗਾ ਰਿਹਾ ਕਿ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਕਿ ਸਾਡਾ ਕਿੰਨਾ ਘਾਟਾ ਹੋਏਗਾ ਜੋ ਉਹਨੇ ਆਪਣੇ ਅੰਕੜੇ ਦਿੱਤੇ ਕਿੰਨੀ ਰੈਵਨਿਊ ਕਲੈਕਸ਼ਨ ਹੋਏਗੀ ਉਹ 'ਚ ਘੱਟੋ ਘੱਟ ਨਹੀਂ ਤਾਂ 15,000 ਕਰੋੜ ਦੀ ਉਹਦੀ ਫਿਗਰ ਗਲਤ ਹੋਣ ਵਾਲੀ ਹੈ ਉਹ 'ਚ ਸਾਰੇ ਟੈਕਸਿਸ ਨੂੰ ਮਿਲਾ ਕੇ 15 ਤੋਂ 20 ਹਜ਼ਾਰ ਕਰੋੜ ਤੱਕ ਦੀ ਇਹਨਾਂ ਦੀਆਂ ਕੈਲਕੂਲੇਸ਼ਨ ਗਲਤ ਹੋ ਜਾਣੀ ਹੈ। ਮਤਲਬ ਕਿ ਜੋ ਇਹਨਾਂ ਨੇ ਸੋਚਿਆ ਸੀ ਸਭ ਫਿਰ ਮਨਪ੍ਰੀਤ ਬਾਦਲ ਦੀ ਉਹ ਵੀ ਗਲਤ ਹੋ ਜੂਗੀ ਜੋ ਮਨਪ੍ਰੀਤ ਬਾਦਲ ਪਹਿਲੇ ਬਜਟ ਦੇ ਦੌਰਾਨ ਕਹਿੰਦੇ ਆ GST ਨਾਲ ਪੰਜਾਬ ਨੂੰ ਫਾਇਦਾ ਹੋਊਗਾ ਉਸ ਮਾਮਲੇ ਵਿੱਚ ਤਾਂ ਉਹਨਾਂ ਬਹੁਤ ਹੀ ਗਲਤ ਸਾਬਤ ਹੋਇਆ ਹੁਣ ਉਹਨਾਂ ਨੂੰ ਆਪਣੀ ਗੱਲ ਸੁਧਾਰਨੀ ਪਈ ਉਸ ਮੌਕੇ ਦੀ ਜੇ GST ਦੇ ਤੋੜ ਕੇ ਗੱਲ ਕਰੋ ਤਾਂ ਉਹ ਤੋਂ ਪਿਛਲੀ ਸਰਕਾਰ ਹੈ ਜਿਹਨੇ GST ਮੰਨਿਆ ਜਿਸ ਪਰਮਿੰਦਰ ਢੀਂਡਸਾ ਅਤੇ ਬਾਦਲ ਸਾਹਿਬ ਨੇ ਉਹਨਾਂ ਨੇ ਬਿਲਕੁਲ ਵੱਡੀਆਂ ਗਲਤੀਆਂ ਕਰਤੀਆਂ। ਅੱਜ ਦੀ ਸਥਿਤੀ ਇਹ ਹੈ ਕਿ ਪੰਜਾਬ ਦੇ ਲਈ ਇਹ ਚੈਲੇਂਜ ਹੈ ਕਿ ਜਿਹੜਾ ਆਪਣਾ ਫਾਈਨਾਂਸ ਕਮਿਸ਼ਨ ਹੈ ਉਹਨੂੰ ਕਿਸੇ ਤਰੀਕੇ ਨਾਲ ਆਪਣੀ ਸਥਿਤੀ 'ਤੇ ਕਨਵਿੰਸ ਕਰਨ ਕਿ ਪੰਜਾਬ ਦੀ ਸਥਿਤੀ ਇਸ ਤਰੀਕੇ ਦੀ ਹੈ ਤਾਂ ਸਾਨੂੰ ਕਿਸ ਤਰੀਕੇ ਦੀ ਮਦਦ ਚਾਹੀਦੀ ਹੈ। ਮੈਂ ਉਮੀਦ ਕਰਦਾ ਸਰਕਾਰਾਂ ਕਰ ਰਹੀਆਂ ਹੋਣਗੀਆਂ ਪਰ ਖਤਰਾ ਬਹੁਤ ਵੱਡਾ ਆ ਕਿਉਂਕਿ ਪੰਜਾਬ ਦੇ ਸਿਰ ਤੋਂ ਕਰਜ਼ੇ ਦੀ ਪੰਡ ਕੁਝ ਲੱਥੂਗੀ ਜਾਂ ਨਹੀਂ ਮੈਂ ਪੂਰੀ ਤਾਂ ਕਹਿ ਨਹੀਂ ਰਿਹਾ ਮੁਕਤੀ ਤਾਂ ਕਹਿ ਨਹੀਂ ਰਿਹਾ ਮੈਨੂੰ ਇਸ ਮੌਕੇ ਦਾ ਕਰਜ਼ਾ ਵੱਧਦਾ ਨਜ਼ਰ ਆ ਰਿਹਾ ਕਰਜ਼ਾ ਵੱਧਦਾ ਨਜ਼ਰ ਮੈਨੂੰ ਕਰਜ਼ਾ ਵੱਧਦਾ ਨਜ਼ਰ ਆ ਰਿਹਾ ਕਿ 3 ਮਹੀਨੇ ਬਾਅਦ 15-20 ਹਜ਼ਾਰ ਕਰੋੜ ਦਾ ਹੋਰ ਵੱਡਾ ਗੈਪ ਹੋਣਾ ਆ ਔਰ ਜੋ ਲਾਇਬਿਲਿਟੀ ਪੰਜਾਬ ਅੱਗੇ ਪੋਸਟਪੋਨ ਕਰੀ ਜਾ ਰਿਹਾ ਜਦੋਂ ਉਹ ਮਟੀਰੀਅਲਾਈਜ਼ ਹੋਣਗੀਆਂ ਤਾਂ ਪੰਜਾਬ 'ਚ ਬਹੁਤ ਵੱਡਾ ਕ੍ਰਾਈਸਿਸ ਹੋਣਾ ਉਹ ਜਿਹੜੇ ਵੱਡੇ ਵੱਡੇ ਜਾਣੀ ਕਿ ਬਿੰਦੂ ਬਣਦੇ ਨੇ ਮੈਂ ਨਾ ਚੀਫ ਮਿਨਿਸਟਰ ਨੂੰ ਨਾ ਫਾਈਨਾਂਸ ਮਿਨਿਸਟਰ ਨੂੰ ਜਾਂ ਪੋਲੀਟੀਸ਼ੀਅਨ ਨੂੰ ਬਿਊਰੋਕਰੇਟਸ ਨੂੰ ਮੈਂ ਨਹੀਂ ਦੇਖਦਾ ਕਿ ਉਹਨੂੰ ਐਡਰੈਸ ਕਰ ਪਾ ਰਹੇ ਨੇ ਤਾਂ ਕਿਉਂਕਿ ਫਾਈਨਾਂਸ ਕਮਿਸ਼ਨ ਦੀ ਟਰਮ 1 ਸਾਲ ਐਕਸਟੈਂਡ ਹੋ ਗਈ ਹੈ 2020 ਜਿਹਨਾਂ ਦੀ ਰਿਪੋਰਟ ਆਉਣੀ ਆ ਉਹ ਇੱਕ ਫਰੰਟ ਹੈ ਜਿੱਥੇ ਪੰਜਾਬ ਆਪਣੀ ਗੱਲ ਕਹਿ ਕੇ ਕੁਛ ਰਿਲੀਫ ਲੈਣ ਦੀ ਕੋਸ਼ਿਸ਼ ਕਰਦਾ। ਠੀਕ ਹੈ ਨਵਦੀਪ ਤੁਸੀਂ ਹਮੇਸ਼ਾ ਯੂਥ ਨੂੰ ਐਡਰੈਸ ਕਰਦੇ ਹੋ ਜਦੋਂ ਕਰਜ਼ੇ ਦੀ ਸਥਿਤੀ ਤੁਹਾਡੇ ਸਾਹਮਣੇ ਡਾਕਟਰ ਜਗਵੰਤ ਸਿੰਘ ਇਹੋ ਜਿਹੀ ਦੱਸਦੇ ਪਏ ਹੋਣ ਉਦੋਂ ਪੰਜਾਬ ਦੀ ਜਵਾਨੀ ਹੈ ਜਿਹੜੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਪਈ ਹੋਵੇ ਇਲਜ਼ਾਮ ਪੰਜਾਬ 'ਤੇ ਲਗਾਤਾਰ ਲੱਗਦੇ ਹੋਣ ਅਤੇ ਉਦੋਂ ਪੰਜਾਬ ਦੀ ਜਵਾਨੀ ਰੁਜ਼ਗਾਰ ਜਿਹੜੀ ਕਿੱਥੋਂ ਭਾਲੇਗੀ ਜਦੋਂ ਪੰਜਾਬ ਦੇ ਕੋਲ ਦੇਣ ਨੂੰ ਪੈਸਾ ਨਹੀਂ ਹੈਗਾ। ਦੇਖੋ ਜੀ ਮੈਂ ਪਹਿਲਾਂ ਯੂਥ ਨਾਲ ਗੱਲ ਕਰਾਂਗਾ ਯੂਥ ਨੂੰ ਐਨਰਜੀ ਚੈਨਲਾਈਜ਼ ਕਰਨ ਦੀ ਜ਼ਰੂਰਤ ਹੁੰਦੀ ਆ ਜਿਹੜਾ ਯੂਥ ਕਿਸੇ ਪਾਸੇ ਚਾਹੇ ਡਰੱਗ ਵਾਲੇ ਪਾਸੇ ਆ ਚਾਹੇ ਗਲਤ ਪਾਸੇ ਜਾਂਦਾ ਹੈਗਾ ਉਹਨੂੰ ਚੈਨਲਾਈਜ਼ ਕਰਨ ਵਾਸਤੇ ਸਪੋਰਟਸ ਸਭ ਤੋਂ ਵਧੀਆ ਸਾਧਨ ਮੰਨੇ ਗਏ ਨੇ ਉਸ 'ਤੇ ਸਪੋਰਟਸ ਪਾਲਿਸੀ ਬਣੀ ਆ ਪ੍ਰਾਇਓਰਟੀ ਗੇਮਸ ਵੀ ਡਿਕਲੇਅਰ ਹੋਈਆਂ 11 ਪ੍ਰਾਇਓਰਟੀ ਗੇਮਸ ਆ ਬਾਸਕਟਬਾਲ ਵਾਲੀਬਾਲ ਫੁੱਟਬਾਲ ਅਥਲੈਟਿਕਸ ਬੈਡਮਿੰਟਨ ਹਾਕੀ ਉਸ ਤੋਂ ਬਿਨਾਂ ਸੈਕਿੰਡ ਪ੍ਰਾਇਓਰਟੀ ਗੇਮਸ ਉਹਨਾਂ ਨੂੰ ਇਨਫਰਾਸਟ੍ਰਕਚਰ ਵੀ ਦਿੱਤਾ ਹੈਗਾ
उन्होंने टूरनामेंट्स भी मुहैया कराए ने, उन्होंने कैश प्राइज़ के रिवार्ड्स भी दिए आ। जिहड़ी तुसीं दूसरी गल की आ भी यूथ की जॉब्स वाली, पिछले समय से सरकार वालों घर घर रुजगार के पैटर्न से रुजगार मेले लाए, रुजगार कला उस पॉलिसी दे सरकारी नौकरी नहीं सहमति। मैं उधर एक गल करना, रुजगार कला सरकारी नौकरी का रुजगार नहीं होंदा। रुजगार होंदा रुजगार के काबल बनाना, रुजगार होंदा उन्हें किसी तुसी सैल्फ इंप्लॉयमेंट के योग बनाना। उन्हें अज पिंड दे विच बच्चा, असीं जर्नलिज्म दे विच के भी काम करते हैं, पिंड दे विच बच्चा बैठा गा, सानू पता जर्नलिज्म दे विच किस तरह की नीड आ, असीं उस तरह के पिंड दे विच बच्चे नूं कहांगे जे अजिहा कोर्स करेगा तो इस लाइन चुदी प्लेसमेंट होएगी। इन्हां रुजगार मेलियां ने कई बच्चों नूं प्लेसमेंट दित्ती आ, वो प्लेसमेंट चाहे सरकारी तौर पर हुई है, चाहे बोर्ड कारपोरेशन च हुई है। मैं नवदीप इस वेले सरकार की भूमिका नूं पासे रख के चलदा, वो प्लेसमेंट उन्होंने वैसे ही मिल जानी सी, पर उन्होंने प्लेटफॉर्म देने की लोड़ आ। मैं आप खुद जानता जो मैं जर्नलिज्म कर रहा था तो मैनू बरनाला शहर च रहिंदे हुए जर्नलिज्म की प्लेटफॉर्म उस तरह के कोर्सिज नहीं पता किस तरह की एडमिशन लवा किस तरह की मैं जॉब चाहवा। जो जॉब फेयर लगते हैं उत्तर सूँ पता लगता किस तरह की यूथ लिए पंजाब प्लेटफॉर्म है, प्लेटफॉर्म बिल्कुल है। इसमें मैं पहले शब्द यूज किया यूथ की एक एनर्जी होंगी चैनलाइज करने की जरूरत आदि लिए चैनलाइज कराने सब तो वधिया स्पोर्ट्स एक साधन आ जिद यूथ की एनर्जी चैनलाइज होंगी। स्पोर्ट असी भी स्पोर्ट्स की पर यही हर बंदा ओलंपियन बन जाएगा, वह स्पोर्ट्स के नाल जी होंगे शामा ने जिहड़ियां जिस वेले गलत विकार यूथ के दिमाग च आउंदे ने उह शामां जे ग्राउंडां च बीतण लग जाणगीआं तां यूथ अपने आप सीधे रस्ते पै जाऊ। बहुत इंपोर्टेंट गल, निराशा चों निकलना हैगा तां खेड मैदानां वल वहीरा कत्त लो। जिहड़े असीं इत्थे पैनल विच बैठे आ असीं भी किते ना किते खेड मैदान नाल जुड़े रहे आ, ते हुण वी शायद साडे विचों बहुते जुड़े होए आ। मैं खुद भी स्पोर्ट्स करदा रहा, यह दसना लाजमी हो जाता जदों इह सवाल कीता जावे कि स्टूडियो विच बह के तुसीं बहुत वड्डियां वड्डियां गल्लां करदे हो पर खेड मैदान विच जाओगे तां फिर जिहड़ी निराशा तुहाडे नेड़े नहीं आएगी। बहुत सारे सवाल आ जिहड़े खेड मैदान विच साढ़े सामने आ उन्हां दे जवाब मिल जाते हैं, पर खेड मैदान ते असीं चर्चा ही नहीं करना चाहुंदे कि अजे तक खेड मैदान की गल आ जिहड़ी स्टूडियो तो आउट करती है, सिर्फ असीं एक खेड तक सीमित होकर रह गए। हालांकि मैं भी उनका प्लेयर रहा, ब्रेक तो वापस आ रहा। एक सवाल बड़ा सधारण हैगा कि किसान ते खेत मजदूर दे विचारे सरकारां हमेशा एक दवार खड़ा करके रखदियां हैगियां, वो पाड़ा जिहड़ा ते जदों आर्थिक असावेपन दा तुसीं जिक्र करदे हो जिहड़ा पिंडां ते शहरां दे पाड़े दा जिक्र करदे हो ये सारे पाड़े आ 2020 च पूरन लई कोई नीति है जां सिर्फ असीं गल्लां ही करी जांदे बस? देखो कि भी जी बड़ा महत्वपूर्ण सवाल तुसीं खड़ा करिया है। पहली गल यह भी पंजाब एक चौतरफे संकट च घिरिया होया है, वो पिछले साल का साडा तजर्बा है भी हर पासे चाहे वह जॉब की गल है चाहे वह बाहर भजन की गल है चाहे पढ़ाई का थले पद्धर भी अठवीं दे बच्चे 52% सिंपल वंड नहीं करनी आती, 16% दूजी की किताब नहीं पढ़नी आती अठवीं दिया, तो चाहे वह सेहत सेवावान की गल है चाहे मुख्यमंत्री कह राहत कोष पैसे ना मिलने की गल है चाहे काले पीढ़ी के मरीजों की गल है चाहे असी अपने पानी सारे दरिया सतलुज का पानी डी क्लास तक चले जाना घग्गर का पानी ई क्लास जाना चाहे वो नशा च मौतों की गल है चाहे औरतों के प्रति जुर्मों की गल है ये असी सारे पासे नूं जब देखते अर्थचारे की ज पैसा इकट्ठा करने जो डॉक्टर साहब ने कहा ये सारे पासे असी एक संकट च घिरे हुए। ये संकट वास्ते मैनू असी गुरु नानक देव जी का गुरपुरब मनाया है, पर असी मनाया इस तरह ही भी जिमें एक दिखावा के तौर पर असी गुरु नानक देव जी की जी रूह है उस गुरपुरब की उस उत्ते बिल्कुल उंगल नहीं रखी। गुरु नानक देव जी ने कहा वैदा वैद सो वैद तू पहला रोग पछाण ऐसा दारू लोड़ लै जित वंजे रोगां कान। सानू एहो जा तरीका यह 2020 च लभना पैना है जिदे नाल असी सारे रोगों की जड़ जिहड़ी दवाई है वह लभी वह की है वह हैगी है कि असी साडे अर्थचारे नू इस तरीके दा उहदे च खेडां दा आपदी भूमिका है औरतों की अपनी भूमिका है टैक्स इकट्ठे करन दी हर एक दी अपनी अपनी भूमिका पर वह सारी भूमिका एक बड़े शमियाने दे थले है जे उस तो बाहर निकल के कली कली की गल करेंगे शायद वह खिंड जाएगा। वह शमियाना की है वो शमैना है कि असी अज जिहड़ा साडे लोकां नूं इंप्लॉयमेंट देनी वह वध तो वध खेती च मिलनी है जिहड़ा पिंडां चों शहरां वल नूं उजाड़ा हो रहा है उत्थे जाके गंदियां बस्तियां बन रही ने चौकां दे उत्ते लोक खड़े ने उन्हां सारा दिन दिहाड़ी नहीं मिलती वह भी है जिहड़ा तुसीं सवाल करिया कि दलित ते नॉन दलित दा पाड़ा किसान ते मजदूर दा पाड़ा ये जिहड़े पाड़े ने इस करके वध रहे ने कि असी नीति जो डॉक्टर साहब ने कहा कि साडा ब्यूरोक्रेट साडा पॉलिटिशियन चाहे वह विरोधी धिर है चाहे वह राजकरण वाली धिर है वो नहीं मेरा क्वेश्चन साडा जिहड़ा साडे दे पंजाब दे विच सानू मुड़ के सिरजनी पऊगी लीडरशिप क्वालिटी
ਅੱਜ ਸਾਡੇ ਲੀਡਰਸ਼ਿਪ ਕੁਆਲਿਟੀ ਕਹਿੰਦੇ ਕਿ ਜੇ ਹੋਵੇ ਸਰਕਾਰ ਤਾਂ ਮੁੱਢ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾੜੀਆਂ ਨੇ ਪੰਜਾਬ ਦੇ ਵਿੱਚ ਬਹੁਤ ਕੁਛ ਆ ਜਾਵੇਗੀ। ਪੰਜਾਬ ਕੋਈ ਐਂ ਨਹੀਂ ਵੀ ਖਤਮ ਨਹੀਂ ਹੋ ਗਿਆ, ਪਰ ਉਹਨੂੰ ਸਾਰੇ ਕਾਸੇ ਨੂੰ ਸਾਂਭਣ ਵਾਸਤੇ ਲੀਡਰਸ਼ਿਪ ਦੀ ਲੋੜ ਹੈ। ਅੱਜ ਸਾਡੇ ਕੋਲ ਬੌਧਿਕ ਲੀਡਰਸ਼ਿਪ ਦਾ ਕਾਰਡ ਪਿਆ ਹੈ, ਅੱਜ ਸਾਡੇ ਕੋਲ ਨਿਆਂ ਪ੍ਰਣਾਲੀ ਦੀ ਜੁਡੀਸ਼ ਲੀਡਰਸ਼ਿਪ ਦਾ ਕਾਰਡ ਪਿਆ ਹੈ, ਅੱਜ ਸਾਡੇ ਕੋਲ ਮਾਹਰਾਂ ਦੀ ਲੀਡਰਸ਼ਿਪ ਦਾ ਕਾਰਡ ਪਿਆ ਹੈ, ਅੱਜ ਸਾਡੇ ਕੋਲ ਆਪਾਂ ਕਹਾਂਗੇ ਸਿੱਖਿਆ ਸ਼ਾਸਤਰੀਆਂ ਦੀ ਲੀਡਰਸ਼ਿਪ ਦਾ ਕਾਰਡ ਪਿਆ ਹੈ, ਸਿਆਸਤਦਾਨਾਂ ਦਾ, ਪ੍ਰਸ਼ਾਸਨਿਕ ਅਧਿਕਾਰੀਆਂ ਦਾ, ਪੁਲਿਸ ਅਧਿਕਾਰੀਆਂ ਦਾ ਤਾਂ ਕਾਰਡ ਹੈਗਾ ਹੀ ਹੈਗਾ। ਸੋ ਇਹ ਜਿਹੜੀ ਲੀਡਰਸ਼ਿਪ ਦੀ ਘਾਟ ਹੈ, ਸਾਨੂੰ ਇਸ ਤਰੀਕੇ ਨਾਲ ਵਿਕਾਸ ਖੇਡਾਂ ਜ਼ਰੂਰ ਇਹਨਾਂ ਨੇ ਕਿਹਾ ਬਹੁਤ ਵੱਡੀ ਯਾਰ ਮੈਂ ਮੰਨਦਾ ਇਸ ਗੱਲ ਨੂੰ ਹੋਈ ਹੈ, ਪਰ ਸਾਨੂੰ ਇੱਕ ਲੀਡਰਸ਼ਿਪ ਪੈਦਾ ਕਰਨੀ ਪੈਣੀ ਹੈ। ਉਹ ਪਿੰਡ ਦੀ ਪੰਚਾਇਤ ਤੋਂ ਲੈ ਕੇ ਉਹ ਕਿਵੇਂ ਹੋਊਗੀ ਜਿਹੜੀ ਗੱਲ ਤੁਸੀਂ ਕਿਹਾ, ਉਹ ਪਿੰਡ ਦੀ ਪੰਚਾਇਤ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਸਾਡੀ ਅਸੈਂਬਲੀ, ਮਿਊਂਸਪਲ ਕਮੇਟੀਆਂ, ਹੋਰ ਜਥੇਬੰਦੀਆਂ, ਸਟੂਡੈਂਟ ਚੋਣਾਂ, ਸਟੂਡੈਂਟ ਦੇ ਵਿੱਚ ਉਹਨਾਂ ਦੇ ਰਾਹੀਂ ਲੀਡਰਸ਼ਿਪ ਪੈਦਾ ਹੋਣੀ ਹੈ। ਜਦੋਂ ਲੀਡਰਸ਼ਿਪ ਅਸੀਂ ਇਸ 2020 ਦੇ ਵਿੱਚ ਰੈਫਰੈਂਡਮ ਹੁੰਦਾ ਨਹੀਂ ਹੁੰਦਾ ਕੀ ਹੁੰਦਾ ਕੀ ਹੋਵੇ ਉਹਨੂੰ ਵੀ ਜੇ ਰੋਕਣਾ ਹੈ ਜਾਂ ਉਹ ਵੀ ਜੇ ਸਾਜਿਸ਼ ਮੈਂ ਕਹਾਂਗਾ ਉਹਦਾ ਵੀ ਤੁਸੀਂ ਗੱਲ ਖਤਮ ਕਰਨੀ ਹੈ, ਤਾਂ ਉਹਦੇ ਵਿੱਚ ਅੱਜ ਹੈ ਕਿ ਇੱਕ ਸਾਲ ਸਾਡੇ ਕੋਲ ਐਸਾ ਹੈ ਔਰ 360 ਦਿਨ 365 ਦੀ ਬਜਾਏ ਕਿ ਅਸੀਂ ਲੀਡਰਸ਼ਿਪ ਪੈਦਾ ਕਰੀਏ, ਸਿਰਜੀ ਜਾ ਸਕਦੀ ਹੈ। ਔਰ ਉਹ ਲੀਡਰਸ਼ਿਪ ਪਿੰਡ 'ਚ ਜਾਂ ਗ੍ਰਾਮ ਸਭਾ ਹੋਏਗੀ ਤਾਂ ਮਜ਼ਦੂਰ ਕਿਸਾਨ ਦਾ ਫਾਇਦਾ, ਜ਼ਮੀਨ ਦੇ ਵਿੱਚੋਂ ਜ਼ਿਆਦਾ ਵਧੀਆ ਉਹ ਮਿਲੇਗੀ, ਪਰ ਤਾਕਤ ਹੀ ਨਹੀਂ ਅਸੀਂ ਵੰਡ ਕੇ, ਤਾਕਤ ਵੰਡ ਕੇ ਨਾ ਰਾਜੀ। ਸਵਾਲ ਇਹ ਹੈਗਾ ਪਹਿਮ ਰਾਜਪੂਤ, ਇੱਕ ਸਵਾਲ ਜਹਿਨ ਦੇ ਵਿੱਚ ਆਪਣੇ ਆਪ ਆ ਜਾਂਦਾ, ਪੰਜਾਬ ਨੂੰ ਸਿਰਫ ਹੁਣ ਤੀਕਰ ਇੱਕ ਮਹਿਲਾ ਮੁੱਖ ਮੰਤਰੀ ਮਿਲੀ ਆ, ਅਤੇ ਮਿਸਟਰ ਓਬਾਮਾ ਨੇ ਵੀ ਥੋੜ੍ਹੇ ਦਿਨ ਪਹਿਲਾਂ ਕਿਹਾ ਸੀਗਾ ਕਿ ਜੇ ਤੁਸੀਂ ਕੁਛ ਬਦਲਣਾ ਚਾਹੁੰਦੇ ਹੋ ਤਾਂ ਵੂਮਨ ਲੀਡਰਸ਼ਿਪ ਹੈ ਜਿਹੜੀ ਉਸਨੂੰ ਸੌਂਪ ਦੇਣਾ ਚਾਹੀਦਾ ਸਭ ਕੁਛ। ਡਾਕਟਰ ਪਹਿਮ ਰਾਜਪੂਤ, ਪੰਜਾਬ ਵਿੱਚ ਪੋਸੀਬਲ ਹੈ? ਬੜਾ ਮੁਸ਼ਕਿਲ ਹੈ ਇਹਦਾ ਜਵਾਬ ਦੇਣਾ, ਕੋਈ ਜਵਾਬ ਨਹੀਂ ਹੈਗਾ ਇਹਦਾ। ਇਹਦਾ ਜਵਾਬ ਇਹ ਹੈ ਕਿ ਜਦ ਤੱਕ ਪੋਲੀਟੀਕਲ ਪਾਰਟੀਸ ਆਪਣੇ ਉਹ ਪਾਰਟੀਜ਼ ਦੇ ਵਿੱਚ ਉਹ ਸਪੇਸ ਔਰਤਾਂ ਨੂੰ ਨਹੀਂ ਦਿੰਦੇ ਔਰ ਇਹੋ ਜਿਹਾ ਮਾਹੌਲ ਨਹੀਂ ਪੈਦਾ ਕੀਤਾ ਜਾਂਦਾ ਜਿਹਦੇ 'ਚ ਔਰਤ ਵੀ ਅੱਗੇ ਆਏ, ਜੇ ਤੁਸੀਂ ਪੋਲੀਟਿਕਸ ਨੂੰ ਕ੍ਰਿਮੀਨਲਾਈਜ਼ ਕਰਦੇ ਜਾਓਗੇ, ਜੇ ਤੁਸੀਂ ਪੋਲੀਟਿਕਸ ਇਹੋ ਜਿਹੀ ਬਣਾਓਗੇ ਕਿ ਪੈਸੇ ਤੋਂ ਬਗੈਰ ਤੁਸੀਂ ਇਲੈਕਸ਼ਨ ਲੜ ਹੀ ਨਹੀਂ ਸਕਦੇ, ਅਤੇ ਔਰਤਾਂ ਵੱਲੋਂ ਵੀ ਅੱਗੇ ਆਉਣਾ ਬੜਾ ਮੁਸ਼ਕਲ ਹੈ, ਅਤੇ ਜਿਨ੍ਹਾਂ ਕੋਲ ਪਾਵਰ ਹੈ ਉਹ ਤਾਂ ਛੱਡਣ ਨੂੰ ਬਿਲਕੁਲ ਤਿਆਰ ਨਹੀਂ। ਇੱਕ ਬਹੁਤ ਅਹਿਮ ਮੁੱਦਾ ਹੈ, ਸ਼ੁਕਰ ਹੈ ਕਿ ਪੰਜਾਬ ਨੇ ਉਹ ਚੀਜ਼ ਮੰਨ ਲਈ ਹੈ, ਕਿਉਂਕਿ ਹਾਲੇ ਸੈਂਟਰਲ ਗਵਰਨਮੈਂਟ 'ਤੇ ਤਾਂ ਲਾਅ ਨਹੀਂ ਪਾਸ ਹੋਇਆ ਕਿ ਵੀ 50% ਜਿਹੜੀ ਹੈ ਉਹ ਨੁਮਾਇੰਦਗੀ ਜਿਹੜੀ ਹੈ ਔਰਤਾਂ ਨੂੰ ਪੰਚਾਇਤਾਂ ਵਿੱਚ ਅਤੇ ਮਿਊਂਸਪਲ ਕਾਰਪੋਰੇਸ਼ਨ 'ਚ ਮਿਲੇਗੀ। ਉਹ ਮਿਲਣ ਦੇ ਨਾਲ ਹੁਣ ਉਹਨਾਂ ਨੂੰ ਕਿੰਨੀ ਕੁ ਸਪੇਸ ਦੇਣਗੇ ਕਿ ਉਹ ਵਾਕਈ ਇੰਡੀਪੈਂਡੈਂਟਲੀ ਜਿਹੜੀਆਂ ਉਹ ਪੂਰੀਆਂ ਆਪਣਾ ਇੱਕ ਰੋਲ ਅਦਾ ਕਰ ਸਕਣ, ਪਤੀ ਸਰਪੰਚ ਨਾ ਹੋਵੇ, ਪਤੀ ਐਮਐਲਏ ਨਾ ਹੋਵੇ। ਐਗਜੈਕਟਲੀ, ਸਵਾਲ ਤਾਂ ਇਹ ਹੈ ਨਾ, ਔਰ ਉਹਨਾਂ ਦੀ ਮੋਬਿਲਿਟੀ ਜਿਹੜੀ ਅਪਵਰਡ ਮੋਬਿਲਿਟੀ ਹੈ, ਇਹ ਨਹੀਂ ਵੀ ਰਿਜ਼ਰਵੇਸ਼ਨ ਆ ਗਈ ਹੈ ਤਾਂ ਇੱਕ ਵਾਰੀ ਲੜ ਰਹੀ ਹੈ ਅਤੇ ਉਸ ਤੋਂ ਬਾਅਦ ਪੰਚਾਇਤ ਵਾਰ ਉਹ ਘਰ ਪੈ ਜਾਏਗੀ, ਅਤੇ ਇੱਕ ਉਹ ਸੋ ਉਹਨਾਂ ਨੂੰ ਸਪੇਸ ਪ੍ਰੋਵਾਈਡ ਕਰਨ ਦੀ ਜ਼ਰੂਰਤ ਹੈ, ਦੋਨੋਂ ਪਾਸੇ ਜ਼ਰੂਰਤ ਹੈ ਕਿ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਸਪੇਸ ਦੇ। ਸਵਾਲ ਤੁਹਾਨੂੰ ਵੀ ਬੁਰਾ ਲੱਗੇਗਾ, ਜਦੋਂ ਅਸੀਂ ਵੀ ਇੱਥੇ ਟੀਵੀ ਡਿਬੇਟ ਵਾਸਤੇ ਔਰਤਾਂ ਨੂੰ ਕਾਲ ਕਰਦੇ ਹੈਗੇ ਹਾਂ ਤਾਂ ਉਹ ਆ ਕੇ ਰਾਜੀ ਨਹੀਂ ਹੈਗੀ, ਵਜ੍ਹਾ ਕੀ ਹੈ? ਅਸੀਂ ਤਾਂ ਚਾਹੁੰਦੇ ਉਹਨਾਂ ਨੂੰ ਸਪੇਸ ਦਿੱਤੀ ਜਾਵੇ, ਉਹ ਖੁਦ ਆ ਕੇ ਰਾਜੀ ਨਹੀਂ। ਮੈਂ ਸਵਾਲ ਅੱਜ ਸਾਂਝੇ ਪਲੇਟਫਾਰਮ ਤੇ ਪੁੱਛ ਰਿਹਾ। ਹਾਂ, ਪਰ ਮੈਂ ਤਾਂ ਜਦੋਂ ਤੁਸੀਂ ਯਾਦ ਕੀਤਾ, ਮੈਂ ਤੁਸੀਂ ਤਾਂ ਆ ਜਾਂਦੇ ਤੁਹਾਡੇ ਵਰਗੇ ਹੋਰ ਕਿੰਨੀਆਂ। ਸੋ ਇਸ ਪਿੱਛੇ ਸਾਨੂੰ ਆਪ ਨੂੰ ਵੀ ਅੰਦਰ ਕਰਨੀ ਪਏਗੀ ਅਤੇ ਇਹ ਸਮਾਜ ਜਿਹੜਾ ਨਾ ਉਸ ਤਰ੍ਹਾਂ ਦਾ ਤਿਆਰ ਕਰਨਾ ਪਏਗਾ। ਮੈਂ ਆਈ ਟੇਕ ਦਿਸ ਪੁਆਇੰਟ ਵੈਰੀ ਵੈਲ ਕਿ ਸਾਨੂੰ ਵੀ ਜਦ ਤੱਕ ਆਪ ਮਰੇ ਬਗੈਰ ਸਵਰਗ ਨਹੀਂ ਮਿਲਦਾ ਅਤੇ ਜਦ ਤੱਕ ਅਸੀਂ ਵੀ ਸਟੇਕ ਨਹੀਂ ਕਰਾਂਗੇ ਕਲੇਮ ਹਰ ਦਾਇਰੇ ਦੇ ਵਿੱਚ, ਚਾਹੇ ਉਹ ਐਜੂਕੇਸ਼ਨ ਦਾ ਦਾਇਰਾ, ਤੁਸੀਂ ਸਿਰਫ ਮਿਨਿਸਟਰਾਂ ਦੀ ਗੱਲ ਕਰਦੇ ਹੋ, ਸਾਨੂੰ ਲੱਭਣ ਨੂੰ ਅਸੀਂ ਕਹਿੰਦੇ ਅੱਛਾ ਇੱਕ ਹੋਰ ਵੂਮੈਨ ਵਾਈਸ ਚਾਂਸਲਰ ਬਣ ਗਈ, ਅਸੀਂ ਬੜੇ ਖੁਸ਼ ਹੁੰਦੇ ਹਾਂ। ਸਾਡੀ ਸੈਨੇਟ ਵਿੱਚ ਕੀ ਹੈ, ਲੈਸ ਦੈਨ 10% ਵੂਮੈਨ ਆਰ ਦੇਅਰ। ਕਨੂਪਰੀਆ ਵਰਗੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਕੋਈ ਸੋਚ ਬਦਲੇਗੀ ਜਾਂ ਨਹੀਂ? ਮੈਂ ਤੁਹਾਨੂੰ ਇੱਕ ਫੈਕਟ ਦਿੰਦਾਗਾ, 1896 ਚ ਓਲੰਪਿਕ ਸ਼ੁਰੂ ਹੋਈਆਂ, 1900 ਦੇ ਵਿੱਚ ਪਹਿਲੀ ਵਾਰ ਇੰਡੀਆ ਦਾ ਮੈਡਲ ਆਇਆ ਨੋਰਮਨ ਪਿਚਟ ਦਾ। 1996 ਤੱਕ ਕਿਸੇ ਵੀ ਲੇਡੀ ਨੇ ਮੈਡਲ ਨਹੀਂ ਜਿੱਤਿਆ। 2000 ਦੇ ਵਿੱਚ ਕਰਨਮ ਮਲੇਸ਼ਵਰੀ ਨੇ ਸਿਡਨੀ 'ਚ ਪਹਿਲੀ ਵਾਰ ਬ੍ਰੋਂਜ਼ ਮੈਡਲ ਜਿੱਤਿਆ। ਫਿਰ ਦੌਰ ਆਇਆ ਜਦੋਂ 2012 ਦੇ ਵਿੱਚ ਸਾਡੀ ਸਾਇਨਾ ਨੇਹਵਾਲ ਦਾ ਅਤੇ ਮੈਰੀ ਕੌਮ ਦਾ ਮੈਡਲ ਆਇਆ, ਅਤੇ 2016 ਦੀਆਂ ਰੀਓ ਓਲੰਪਿਕਸ ਇੱਕੋ ਇੱਕ ਓਲੰਪਿਕ ਸੀ ਜਿੱਥੇ ਸਿਰਫ 2 ਮੈਡਲ ਸੀ ਇੰਡੀਆ ਦੇ, ਦੋਨੋਂ ਵਿਮਨ ਮੈਡਲ ਸੀ। ਪੀਵੀ ਸਿੰਧੂ ਦਾ ਸਿਲਵਰ ਮੈਡਲ ਸੀ ਬੈਡਮਿੰਟਨ 'ਚ, ਸਾਕਸ਼ੀ ਮਲਿਕ ਦਾ ਰੈਸਲਿੰਗ 'ਚ ਬ੍ਰੌਂਜ਼ ਸੀ। ਇਹ ਪਹਿਲੀ ਵਾਰ ਹੋਇਆ ਹਿਸਟਰੀ 'ਚ 2016 ਦੀ ਰੀਓ ਓਲੰਪਿਕ 'ਚ, ਅਤੇ 2020 ਟੋਕੀਓ ਦੇ ਵਿੱਚ ਤੁਹਾਡੇ ਸਾਹਮਣੇ ਆ। ਜੇ ਇੰਡੀਆ ਨੂੰ ਮੈਡਲ ਜਿਤਾਉਣਗੀਆਂ ਤਾਂ ਕੁੜੀਆਂ ਜਿਤਾਉਣਗੀਆਂ,
ਕੁੜੀਆਂ ਸਾਡਾ ਮਾਣ ਵਧਾ ਰਹੀਆਂ ਇਸ ਟਾਈਮ, ਚਾਹੇ ਪੰਜਾਬ ਆ ਚਾਹੇ ਇੰਡੀਆ ਗਾ, ਕੁੜੀਆਂ ਮਾਣ ਵਧਾ ਪੰਜਾਬ ਵਿੱਚ ਵੀ ਕੁਛ ਐਗਜ਼ਾਮਪਲਸ ਹੈਗੀਆਂ ਕੁੜੀਆਂ ਦੀਆਂ, ਅਮਨੀ ਸਿੱਧੂ ਸ਼ੂਟਿੰਗ ਦੀ ਗੱਲ ਆ, ਹੀਨਾ ਸਿੱਧੂ ਆ, ਹਰਵੀਨ ਸਰਾਓ ਆ, ਚਾਹੇ ਚੰਗੀਆਂ ਕਰ ਰਹੀਆਂ ਗੀਆਂ। ਇਸ ਤਰ੍ਹਾਂ ਪੰਜਾਬ ਦੀਆਂ ਕੁੜੀਆਂ ਗੁਰਸ਼ਰਨਪ੍ਰੀਤ ਕੌਰ ਆ, ਹਰਮਨਪ੍ਰੀਤ ਆ, ਮੈਂ ਤੁਹਾਨੂੰ ਗੁਰਸ਼ਰਨਪ੍ਰੀਤ ਐਗਜ਼ਾਮਪਲ ਦੇਵਾਂਗੇ। ਇਸ ਵੇਲੇ 37 ਸਾਲ ਦੀ ਉਮਰ 'ਚ 3 ਸਾਲ ਦੇ ਬੱਚੇ ਦੀ ਮਦਰ ਹੋਣ ਤੋਂ ਬਾਅਦ ਉਹਨੇ ਰੈਸਲਿੰਗ 'ਚ ਕਮਬੈਕ ਕੀਤਾ, ਲੁਧਿਆਣਾ ਜਲੰਧਰ ਨੈਸ਼ਨਲ ਹੋਈ, ਗੋਲਡ ਮੈਡਲ ਜਿੱਤਿਆ। ਉਸ ਤੋਂ ਬਾਅਦ ਉਹਨੇ ਸੈਫ ਗੇਮਾਂ ਦੇ ਵਿੱਚ ਗੋਲਡ ਜਿੱਤਿਆ। ਸਾਡੀਆਂ ਕੁੜੀਆਂ 10 ਗੋਲਡ ਮੈਡਲ ਦੇ ਵਿੱਚੋਂ 6 ਉਹ ਕੁੜੀਆਂ ਸੀ ਜਿਹੜੀਆਂ ਮਦਰ ਬਣਨ ਤੋਂ ਬਾਅਦ ਜਿਹਨਾਂ ਨੇ ਰੈਸਲਿੰਗ 'ਚ ਵਾਪਸੀ ਕੀਤੀ। 2020 ਟੋਕਿਓ ਕੁੜੀਆਂ ਦੀ ਓਲੰਪਿਕਸ ਹੋ ਗਈ। ਬਹੁਤ ਵੱਡੀ ਗੱਲ। ਡਾਕਟਰ ਜਗਵੰਤ ਸਿੰਘ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦਾ ਡਾਕਟਰ ਜਗਵੰਤ ਸਿੰਘ, ਕਰਤਾਰਪੁਰ ਲਾਂਘਾ ਖੁੱਲਿਆ, ਇਹਦੇ 'ਤੇ ਬਹੁਤ ਕੁਛ ਸਿਆਸਤ ਵੀ ਹੋਈ, ਚਲੋ ਆਪਾਂ ਉਹ ਸਿਆਸਤ ਤੋਂ ਬਾਹਰ ਹੋ ਕੇ ਇੱਕ ਸਵਾਲ ਜਿਹੜਾ ਜ਼ਰੂਰ ਪੁੱਛਣਾ ਚਾਹੀਦਾ ਹੈਗਾ, ਹੁਸੈਨੀਵਾਲਾ ਬਾਰਡਰ ਜਾਂ ਸਾਡੇ ਅਟਾਰੀ ਵਾਹਗਾ ਬਾਰਡਰ ਹੈਗਾ, ਉਹਨਾਂ ਦਾ ਜਿਹੜਾ ਵਪਾਰ ਹੈਗਾ, ਉਹ ਜਿਹੜੇ ਸਾਡੇ ਦਰਵਾਜ਼ੇ ਆ ਜਿਹੜੇ ਬੰਦ ਪਏ ਆ, ਜਿਹੜੇ ਲਾਂਘੇ ਆ, ਉਹ ਕਦੋਂ ਖੁੱਲ੍ਹਣਗੇ? ਉਹਦੇ ਨਾਲ ਪੰਜਾਬ ਦਾ ਅਰਥਚਾਰਾ ਮਜ਼ਬੂਤ ਹੋ ਸਕਦਾ। ਹਾਂ, ਪੰਜਾਬ ਦੇ ਅਰਥਚਾਰੇ ਨੂੰ ਤਾਂ ਨੈਚੁਰਲੀ ਫਾਇਦਾ ਹੁੰਦਾ, ਕਿਉਂਕਿ ਪਹਿਲੀ ਬਾਰਡਰ ਸਟੇਟ ਨਾਲ ਬੈਠੀ ਆ, ਜੋ ਵੀ ਉੱਥੇ ਦੇ ਟ੍ਰੇਡ ਆ ਪੰਜਾਬ ਦੇ ਥਰੂ ਹੋਏ ਆ, ਨੈਚੁਰਲੀ ਉਹ ਜੋਬਸ ਵੀ ਕ੍ਰੀਏਟ ਹੁੰਦੀਆਂ, ਕੁਛ ਟੈਕਸ ਦੀ ਕੁਲੈਕਸ਼ਨ ਵੀ ਹੁੰਦੀ ਹੈ, ਪੰਜਾਬ ਨੂੰ ਉਸਦਾ ਫਾਇਦਾ ਹੋਏਗਾ ਹੀ। ਪਰ ਜਿਸ ਤਰੀਕੇ ਦੇ ਕਹਿ ਕੇ ਕੌਮਾਂਤਰੀ ਪੱਧਰ 'ਤੇ ਇਹਨਾਂ ਦੇ ਇਸ ਮੌਕੇ ਸੰਬੰਧ ਬਣੇ ਹੋਏ ਇੰਟਰਨੈਸ਼ਨਲੀ, ਇੰਡੀਆ ਔਰ ਪਾਕਿਸਤਾਨ ਦੇ ਜਿੱਦਾਂ ਦੇ ਮੁੱਦੇ ਇਹਨਾਂ ਵਿੱਚ ਆ ਕੇ ਖੜ ਗਏ ਆ, ਨੀਅਰ ਫਿਊਚਰ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਬਹੁਤ ਆਪਾਂ ਵੱਡੀ ਪਹਿਲ ਦੀ ਕਿਸੇ ਪਾਸੇ ਵੀ ਉਮੀਦ ਕਰ ਸਕਦੇ। ਨਹੀਂ, ਪੰਜਾਬ ਹਮੇਸ਼ਾ ਇਹ ਮੰਗ ਹੀ ਕਰਦਾ ਰਹੂਗਾ। ਪੰਜਾਬ ਇਹ ਜਦੋਂ ਕਹਿੰਦਾ ਵੀ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਹੈਗਾ, ਪੰਜਾਬ ਲਈ ਤਾਂ ਬਹੁਤ ਗੱਲਾਂ 'ਚ ਹੁਣ ਸਿਰਫ ਮੰਗ ਦੀ ਗੱਲ ਰਹਿ ਗਈ ਆ। ਔਰ ਇਹ ਜੋ ਵਿਤਕਰੇ ਦੀ ਗੱਲ, ਮੈਨੂੰ ਲੱਗਦਾ ਕਿ ਵੀ ਦਿੱਲੀ ਨਾਲ ਪੰਜਾਬ ਦਾ ਇੱਕ ਇਹੋ ਜਿਹਾ ਰਿਸ਼ਤਾ ਬਣਿਆ ਹੋਇਆ ਕਿ ਦਿੱਲੀ ਤਖ਼ਤ ਨਾਲ ਇਹਨਾਂ ਦਾ ਕੋਈ ਨਾ ਕੋਈ ਉਸ ਤਰੀਕੇ ਦਾ ਰਿਸ਼ਤਾ ਬਣਿਆ ਜਿੱਥੇ ਕਨਫਲਿਕਟ ਹੀ ਹੁੰਦਾ। ਮੈਂ ਦੇਖ ਰਿਹਾ ਸੀ ਕਿ ਅਟਲ ਜਿਹੜੀ ਜਲ ਯੋਜਨਾ ਸ਼ੁਰੂ ਹੋਈ ਹੈ, ਉਹਦੇ ਵਿੱਚ ਵੀ ਜੋ ਵਰਲਡ ਬੈਂਕ ਦੀ ਇੱਕ ਸ਼ਮੂਲੀਅਤ ਨਾਲ 2018 ਤੱਕ ਜੋ ਇਹਨਾਂ ਨੇ ਪਲਾਨ ਬਣਾਇਆ, ਅਤੇ ਮੈਂ ਉਸ ਵਿੱਚ ਦੇਖ ਰਿਹਾ ਸੀ ਪੰਜਾਬ 'ਚ ਜਿੱਥੇ ਅੰਡਰਗਰਾਊਂਡ ਵਾਟਰ ਦਾ ਇੱਕ ਆਪਣੇ ਬੜੇ ਵੱਡਾ ਕ੍ਰਾਈਸਿਸ ਹੈ ਮਾਲਵੇ ਦੇ ਏਰੀਏ 'ਚ, ਉਹ 'ਚ ਪੰਜਾਬ ਨੂੰ ਉਹਨਾਂ ਨੇ 7 ਸਟੇਟ 'ਚ ਇਨਕਲੂਡ ਨਹੀਂ ਕੀਤਾ। ਤਾਂ ਉਸ ਮੌਕੇ ਇੱਥੇ ਇੱਕ ਲੀਡਰ ਸਵਾਲ ਇਹ ਚੱਕਦੇ ਵੀ ਇਨਕਲੂਡ ਕਰ ਲੈਂਦੇ ਤਾਂ ਕਿਤੇ ਕੇਂਦਰ ਸਰਕਾਰ ਪਾਣੀ ਪੰਜਾਬ ਦਾ ਪਾਣੀ ਨਾ ਖੋ ਲਵੇ। ਨਹੀਂ, ਇਸ ਤਰੀਕੇ ਦਾ ਕੋਈ ਮੁੱਦਾ ਨਹੀਂ ਸੀਗਾ। ਅੰਡਰਗਰਾਊਂਡ ਵਾਟਰ ਦੀ ਕੰਜ਼ਰਵੇਸ਼ਨ, ਉਹਦੀ ਰੀਚਾਰਜਿੰਗ, ਉਹਦੇ ਲਈ ਆਪਣੇ ਐਗਰੀਕਲਚਰ ਡਾਇਵਰਸੀਫਿਕੇਸ਼ਨ, ਇਹ ਸਾਰੇ ਮੁੱਦੇ, ਚਾਹੇ ਉਸ ਵਿੱਚ ਬਹੁਤ ਵੱਡਾ ਪੈਸਾ ਇਨਵੋਲਵ ਨਹੀਂ ਸੀਗਾ, ਪਰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਤੁਸੀਂ ਇੱਕਦਮ ਭੁੱਲ ਗਏ ਕਿ ਪੰਜਾਬ ਨੇ ਖੇਤੀ ਦੇ ਵਿੱਚ ਸਭ ਤੋਂ ਜ਼ਿਆਦਾ ਅੰਡਰਗਰਾਊਂਡ ਵਾਟਰ ਜਿਹੜਾ ਉਹ ਐਕਸਟ੍ਰੈਕਟ ਕੀਤਾ, ਜ਼ਿਆਦਾ ਪਾਣੀ ਵੇਸਟ ਕੀਤਾ, ਇੱਥੇ ਵਾਟਰ ਲੈਵਲ ਥੱਲੇ ਗਿਆ, ਉਹਦੀ ਜਿਹੜੀ ਹੈ ਡਰਿੰਕਿੰਗ ਦੇ ਲਈ ਉਹਦੀ ਕੁਆਲਿਟੀ ਉਨੀ ਅੱਛੀ ਨਹੀਂ ਰਹੀ, ਇਹਨੂੰ ਹਿੰਦੁਸਤਾਨ ਭੁੱਲ ਕਿੱਦਾਂ ਗਿਆ? ਇੱਥੇ ਵੀ ਇੱਕ ਵੱਡਾ ਮੁੱਦਾ ਹੈ, ਬਹੁਤ ਵੱਡਾ। ਉਹ ਲੱਗਦਾ ਕਿ ਬਈ ਵਿਤਕਰਾ ਤਾਂ ਚੱਲ ਰਿਹਾ, ਵਿਤਕਰਾ ਚੱਲ ਰਿਹਾ। ਚਲੋ ਮੈਂ ਵੀਰ ਤੋਂ ਵਾਪਸ ਆਵਾਂਗੇ। ਸਵਾਲ ਇਹ ਹੈਗਾ ਕਿ ਸਿਆਸੀ ਖਿੱਚੋਤਾਨ ਦੇ ਵਿੱਚ ਜਦੋਂ ਕੇਂਦਰ ਦੀਆਂ ਨੀਤੀਆਂ ਸਵਾਰ ਉੱਠਦੇ ਹੋਣ, ਉਦੋਂ ਪੰਜਾਬ ਦੀ ਅਣਖ ਕਿਵੇਂ ਬਚੇਗੀ? ਪੰਜਾਬ ਦੀ ਅਣਖ 'ਤੇ ਜਦੋਂ ਸੱਟ ਮਾਰੀ ਜਾਵੇ ਤਾਂ ਫਿਰ ਸਵਾਲ ਪੁੱਛਣੇ ਲਾਜ਼ਮੀ ਹੋ ਜਾਂਦੇ। ਇਸ ਕਰਕੇ ਅਸੀਂ ਸਵਾਲ ਸਾਰੇ ਪੁੱਛ ਰਹੇ ਹਾਂ। 2020 ਦੇ ਵਿੱਚ ਤੁਹਾਡੇ ਅਸੀਂ ਸਾਰੇ ਮਸਲੇ ਚੁੱਕਾਂਗੇ, ਪਰ ਇਹਨਾਂ ਸਵਾਲਾਂ ਦੇ ਜਵਾਬ ਅੱਜ ਤਰੀਕ ਵਿੱਚ ਲੈਣੇ ਬਣਦੇ ਆ। 2020 ਵਿੱਚ ਪੰਜਾਬ ਦਾ ਰੋਡ ਮੈਪ ਹੈ ਕੀ? ਬ੍ਰੇਕ ਤੋਂ ਫਿਰ ਵਾਪਸ ਆ ਰਹੇ ਹਾਂ। ਡਾਕਟਰ ਗਰਗ, ਸਵਾਲ ਇਹ ਹੈਗਾ, ਰੈਫਰੈਂਡਮ 2020 ਵੀ 2020 ਵਿੱਚ ਹੀ ਹੈ, ਇਸ ਦੇ ਨਾਂ 'ਤੇ ਪੰਜਾਬ ਨੂੰ ਵਧੀਆ ਜਿਹੜੀ ਗੱਲ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਕੀਤੀ ਜਾ ਰਹੀ ਹੈ, ਅਤੇ ਇਹਦੇ ਵਿੱਚ ਏਜੰਸੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ, ਜਦੋਂ ਇਸ ਰੈਫਰੈਂਡਮ 2020 ਨੂੰ ਅੱਗੇ ਰੱਖ ਕੇ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਬਸ਼ਿੰਦਿਆਂ ਨੂੰ ਡਰਾਇਆ ਜਾ ਰਿਹਾ? ਦੇਖੋ, ਬਿਲਕੁਲ ਠੀਕ ਹੈ ਆਪ ਜੀ ਦੀ ਗੱਲ। ਵੀ ਪਹਿਲੀ ਗੱਲ ਇਹ ਹੈ ਕਿ ਸਾਡਾ ਦੇਸ਼ ਹੈ ਜਿਹੜਾ, ਇਹ ਕੋਈ ਐਂ ਨਹੀਂ ਹੈ ਵੀ ਇੱਕ ਮੋਨੋਲਿਥ ਹੈ, ਇਹ ਇੱਕ ਭੂਮੀ ਦਾ ਟੁਕੜਾ ਹੈਗਾ, ਪਰ ਇਹਦੇ 'ਚ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰ ਹੋਰ ਨੇ ਪੰਜਾਬ ਨਾਲ ਕਿਸੇ ਨਾ ਕਿਸੇ ਤਰ੍ਹਾਂ। ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਹੈ, ਹਮੇਸ਼ਾ ਇੱਥੇ ਹਮਲੇ ਹੁੰਦੇ ਆਏ, ਜਿੰਨੇ ਹਮਲਾਵਰ ਆਏ ਇੱਧਰ ਦੀ ਆਏ ਨੇ, ਅਤੇ ਉਹਨਾਂ ਦਾ ਪੰਜਾਬ ਮੁਕਾਬਲਾ ਕਰਦਾ ਰਿਹਾ, ਔਰ ਸੈਂਟਰ ਨੂੰ ਵੀ ਅੱਖਾਂ ਦਿਖਾਉਂਦਾ ਰਿਹਾ। ਜਦ ਵੀ ਹੋਇਆ ਆਜ਼ਾਦੀ ਦੀ ਲੜਾਈ 'ਚ ਵੀ ਸਭ ਤੋਂ ਵੱਡਾ ਹਿੱਸਾ ਇਹਨਾਂ ਨੇ ਪਾਇਆ। ਅੰਗਰੇਜ਼ ਨੇ ਵੀ ਪੰਜਾਬ ਨੂੰ ਡਿਵਾਈਡ ਕਰਨ ਦੀ ਹੋਈ ਹਿੰਮਤ ਰੱਖੀ, ਸਕੀਮ ਬਣਾਈ ਰੱਖੀ ਇਹਨਾਂ ਨੇ ਵੀ। ਸੋ ਕੇਂਦਰ ਪੰਜਾਬ ਨਾਲ ਵਿਤਕਰਾ ਕਰਦਾ ਆਇਆ, ਜਿਹੜੀ ਮਰਜ਼ੀ ਸਰਕਾਰ ਹੈ ਉਹਨੇ ਪੰਜਾਬ ਨਾਲ ਵਿਤਕਰਾ ਕਰਿਆ। ਹੁਣ ਮੈਂ 2-3 ਗੱਲਾਂ 'ਤੇ ਆਵਾਂਗਾ ਛੋਟੀ ਛੋਟੀਆਂ। ਪਾਣੀ ਪੰਜਾਬ ਦਾ ਘਟਿਆ, ਪਾਣੀ ਪੰਜਾਬ, ਤੁਸੀਂ ਦੱਸੋ ਗ੍ਰੀਨ ਰੈਵੋਲਿਊਸ਼ਨ ਦਾ ਫਾਰਮੂਲਾ ਕਿਹਨੇ ਲਿਆਂਦਾ? ਕੀ ਇਹ ਪੰਜਾਬ ਨੇ ਲਿਆਂਦਾ ਸੀ? ਕੇਂਦਰ ਦੀ ਪਾਲਿਸੀ ਸੀ, ਰੋਟੀ ਕਣੀ ਉਹ ਭੁੱਖੇ ਮਰਦੇ ਸੀ। ਇਸੇ ਤਰ੍ਹਾਂ ਹੀ ਜੇ ਸਾਡਾ ਪਾਣੀ ਖਰਾਬ ਹੋਇਆ, ਜੇ ਸਾਡੀ ਹਵਾ ਖਰਾਬ ਹੋਈ, ਅੱਜ ਕਿਸਾਨ ਨੂੰ ਜਿਵੇਂ ਤੁਸੀਂ ਪਹਿਲਾਂ ਕਿਹਾ ਪਰਾਲੀ ਦੇ ਉੱਤੇ ਦੋਸ਼ ਦਿੱਤਾ ਜਾ ਰਿਹਾ, ਪਰਾਲੀ ਕਿੱਥੋਂ ਆਈ? ਅਸੀਂ ਤਾਂ ਜੀਰੀ ਬੀਜਦੇ ਨਹੀਂ ਸੀਗੇ, ਸਾਡੇ ਤਾਂ ਰੇਗ ਸਥਾਨ ਸੀ। ਆ ਮਾਲਵੇ ਦੀ ਜਿਹਦੀ ਗੱਲ ਕਰਦੇ ਹੋ, ਉਹ ਮਾਲਵੇ ਦਾ ਭੱਠੇ ਹੀ ਤਾਂ ਬੈਠ ਗਿਆ। ਸੋ ਜਦ ਅਸੀਂ ਇੱਕ ਨੀਤੀ ਉਹੀ ਜਿਹੀ ਲੈ ਕੇ ਆਉਂਦੇ ਹਾਂ, ਵਪਾਰ ਦੀ ਗੱਲ ਕਰਦੇ ਹੋ, ਤੁਸੀਂ ਵੀ ਗੱਲ ਕਰੀ, ਡਾਕਟਰ ਸਾਹਿਬ ਨੇ ਗੱਲ ਕਰੀ ਹੈ ਵੀ ਹਾਲਤ ਮਾੜੇ ਨੇ, ਕਰਾਚੀ ਰਾਹੀਂ ਵਪਾਰ ਕਿਉਂ ਹੋ ਜਾਂਦਾ? ਫਿਰ ਵੀ ਥੋੜ੍ਹਾ ਜਿਹਾ ਘਟੇ ਹੈ, ਹੋ ਤਾਂ ਰਿਹਾ ਨਾ। ਇਹ ਇੱਕ ਐਸੀ ਲੋਬੀ ਹੈ ਜਿਹੜੀ ਪੰਜਾਬ ਦੇ ਜਿਹੜੇ ਰੋਡ ਰਸਤੇ ਰਾਹੀਂ ਵਪਾਰ ਹੋ ਸਕਦਾ ਹੈ ਉਹ ਨਹੀਂ ਹੋਣ ਦਿੰਦੀ। ਇੱਥੇ 15 ਰੁਪਏ ਕਿਲੋ
35 40 50 किलोमीटर का डिस्टेंस है जिसे ट्रक भर के जाना होंगे। सो साडे व्यापार का आले दुआले नाल गुआंढी मुल्क तो साडा पाकिस्तान ही है मेनली, इहदा ना खुलना साडे इत्थों दे जिहड़ी साडे कुदरती स्रोत ने उन्हां नूं ना ठीक तरीके नाल वरतना, साडे इत्थे जिहड़ी एम्प्लॉयमेंट मनरेगा राही पैदा हो सकदे जिहदे बहुत वड्डे विकास दे रस्ते खुलणगे पिंडां दा वी क्योंकि पिंडां दे वास्ते है। चलो डॉक्टर साहब मैं तुहाडी गल मन के तुरदा कि केंद्रीय नीतियां पंजाब दे हित विच नहीं खड़दियां, चाहे व्यापार दी गल होवे चाहे इत्थे विशेष पैकेज देण दी गल होवे, बहुत सारे मसले हैगे। सवाल यह हैगा डॉक्टर गर्ग, प्रवासी कोई भूमिका निभा सकते हैं? मैं आ रहा इस ते जिहड़ा तुसीं पहलां 2020 दी गल करी, मैं उहदा जवाब देणा। ਉਹ ਇਹ ਹੈ ਕਿ ਕੇਂਦਰ ਨੇ ਇਹਨੀਆਂ ਏਜੰਸੀਆਂ ਨੇ ਕਿਸੇ ਨਾ ਕਿਸੇ ਰੂਪ 'ਚ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਹਰ ਜਗ੍ਹਾ 'ਤੇ ਤੁਹਾਨੂੰ ਜਿਹੜੇ ਪਿੱਠੂ ਮਿਲ ਜਾਂਦੇ ਨੇ, ਉਹ ਅੰਗਰੇਜ਼ਾਂ ਦੇ ਵੀ ਪਿੱਠੂ ਰਹੇ ਨੇ, ਉਹ ਵੀ ਰਹੇ ਨੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਸਰੋਪਾ ਦਿੱਤਾ ਸੀ ਜਨਰਲ ਡਾਇਰ ਨੂੰ। ਸੋ ਉਹ ਜਿਹੜੇ ਪਿੱਠੂ ਬੰਦੇ ਹੁੰਦੇ ਨੇ ਕਈ ਵਾਰੀ, ਜਾਂ ਜਿਹੜੇ ਪਿੱਛੇ ਡਾਕੇ ਕਈ ਸੱਚੀ ਮੁੱਚੀ ਉਸ ਦੇ ਵਿੱਚ ਫਿਰ ਭਾਵਨਾ ਤਾਂ ਰਹਿੰਦਾ ਹੀ ਵੀ ਕੋਈ ਏਜੰਸੀ ਇਹ ਕਹੂਗੀ ਵੀ ਤੂੰ ਸਾਡੇ ਪਿੱਛੇ ਡੱਗ, ਏਜੰਸੀ ਆਪਦੇ ਤਰੀਕੇ ਨਾਲ ਆਪਰੇਟ ਕਰਦੀ ਹੈ ਜਿਹ 'ਚੋਂ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ, ਉਹਨੂੰ ਲੱਗਦਾ ਮੈਂ ਤਾਂ ਵੱਡੀ ਸੇਵਾ ਕਰ ਰਿਹਾ। ਸੋ 2020 ਜਿਹੜਾ ਇਹ ਸਾਰਾ ਮੁੱਦਾ ਖੜਾ ਕਰਿਆ ਜਾ ਰਿਹਾ, ਤੁਸੀਂ ਦੇਖੋ ਹੁਣ ਨਹੀਂ ਉਹਨਾਂ 2020 ਦੀ ਗੱਲ ਹੋ ਰਹੀ ਜਿੱਦੇ ਉਦੋਂ ਇੱਥੇ ਪੁਲਵਾਮਾ ਵੇਲੇ ਬਹੁਤ ਜ਼ਿਆਦਾ ਹੋਈ ਸੀ ਵੀ ਅਸੀਂ ਐਂ ਕਰ ਦਾਂਗੇ ਕਰਤਾਰਪੁਰ ਲਾਂਘੇ ਵੇਲੇ, ਇਹ ਹਾਂ ਕਰਤਾਰਪੁਰ ਲਾਂਘੇ ਵੇਲੇ ਹੁੰਦੀ ਰਹੀ, ਉਦੋਂ ਹੀ ਤਰਨ ਤਾਰਨ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ। ਸੋ ਇਹ ਜਿਹੜਾ ਸਾਡੇ ਸਾਨੂੰ ਇਹ ਗੱਲ ਤੋਂ ਰੂਲ ਆਊਟ ਨਹੀਂ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਕੇ ਰੱਖ ਕੇ ਪੰਜਾਬ ਨੂੰ ਬੱਧੂ ਕਰਕੇ ਪੰਜਾਬ ਦੇ ਸਰੋਤਾਂ ਦੀ ਲੁੱਟ ਕਰਕੇ ਇਸ ਤਰੀਕੇ ਨਾਲ ਕੰਮ ਕਰਿਆ ਜਾਵੇ ਕਿ ਪੰਜਾਬ ਇੱਕ ਨਿਗੂਣਾ ਜਾਂ ਇੱਕ ਨਿਮਾਣਾ ਜਾਂ ਬਣ ਕੇ ਇਹਨਾਂ ਦੇ ਥੱਲੇ ਰਹਿ ਜੇ ਜਿਵੇਂ ਬਹੁਤ ਸਾਰੀਆਂ ਹੋਰ ਸਟੇਟਾਂ। ਰੈਫਰੈਂਡਮ 2020 ਸਿਰਫ ਹੋਊਗਾ ਨਾ? ਬਿਲਕੁਲ ਹੋਊਗਾ, ਬਿਲਕੁਲ ਹੋਊਗਾ। ਪਹਿਮਰਾਜਪੁਰ ਜੀ, ਸਵਾਲ ਇਹ ਹੈਗਾ ਕਿ ਜਦੋਂ ਤੁਸੀਂ ਪੰਜਾਬ ਦੀਆਂ ਮੁਟਿਆਰਾਂ ਦਾ ਜ਼ਿਕਰ ਕੀਤਾ ਕਿ ਹੁਣ ਡਰੱਗ ਪੈਡਰ ਵੱਲ ਵੱਧਦੀਆਂ ਪਈਆਂ ਹੈਗੀਆਂ, ਜਦੋਂ ਇੱਥੋਂ ਪ੍ਰਵਾਸ ਕਰਦੀ ਪਈ ਪੀੜ੍ਹੀ ਹੈ ਅਤੇ ਹੁਣ ਉਹਦੇ ਵਿੱਚ ਵੱਡੀ ਗਿਣਤੀ ਹੈ ਜਿਹੜੀ ਉਹ ਕੁੜੀਆਂ ਦੀ ਵੀ ਹੈਗੀ ਹੈ, ਸਵਾਲ ਇਹ ਹੈਗਾ ਕਿ ਇੱਥੋਂ ਜਦੋਂ ਕੁੜੀਆਂ ਜਾਂਦੀਆਂ ਹੈਗੀਆਂ ਕੀ ਸੁਨੇਹਾ ਲੈ ਕੇ ਜਾਂਦੀਆਂ, ਉੱਥੇ ਜਦੋਂ ਜਾਂਦੀਆਂ ਹੈਗੀਆਂ ਉਹਨਾਂ ਦੇ ਮਨਾਂ ਦੇ ਉੱਤੇ ਭਾਰ ਇਹ ਵੀ ਰਹਿੰਦਾ ਹੈਗਾ ਕਿ ਮੇਰੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਮੈਨੂੰ ਉੱਥੇ ਭੇਜਿਆ, ਉੱਥੇ ਉਹਨਾਂ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਰਹਿੰਦੀ ਹੈ? ਜਿਹੜੀਆਂ ਲੜਕੀਆਂ ਬਾਹਰ ਜਾ ਰਹੀਆਂ, ਤੁਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹੋ ਜੀ, ਜਿੰਨਾ ਸਾਡਾ ਵਾਹ ਪਿਆ, ਜਿਹੜੀਆਂ ਔਰਗਨਾਈਜੇਸ਼ਨ ਉੱਥੇ ਕੰਮ ਕਰਦੀਆਂ ਉਹ ਬਹੁਤ ਡਿਪਰੈਸਿਵ ਸਿਚੁਏਸ਼ਨ ਹੈ, ਬਹੁਤ ਡਿਪਰੈਸਿਵ ਸਿਚੁਏਸ਼ਨ ਹੈ। ਔਰ ਸਾਰੇ ਮੁਲਕਾਂ ਜਿੱਥੇ ਜਿੱਥੇ ਜ਼ਿਆਦਾ ਜਾ ਰਹੀਆਂ, ਚਾਹੇ ਉਹ ਕੈਨੇਡਾ ਹੈ, ਚਾਹੇ ਇੰਗਲੈਂਡ ਹੈ, ਚਾਹੇ ਅਮੈਰੀਕਾ ਜਾ ਰਹੀਆਂ, ਔਰ ਉੱਥੇ ਜਿਹੜੀਆਂ ਔਰਗਨਾਈਜੇਸ਼ਨ ਜਿਹੜਾ ਡਾਟਾ ਸਾਡੇ ਕੋਲ ਆ ਰਿਹਾ, ਉਹਦੇ 'ਚ ਤਾਂ ਬਹੁਤ ਡਿਪਰੈਸਿਵ ਸਿਚੁਏਸ਼ਨ ਹੈ ਔਰ ਇਹ ਸਾਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ। ਇਨਫੈਕਟ ਜਦੋਂ ਤੁਸੀਂ ਪਹਿਲਾ ਸਵਾਲ ਕੀਤਾ ਸੀ, ਮੈਂ ਇਹਦੇ ਨਾਲ ਹੀ ਕਹਿਣਾ ਚਾਹੁੰਦੀ ਸੀ ਕਿ ਜਿਹੜੇ ਮੁੱਦੇ ਪਹਿਲੇ ਸੀ ਉਹ 20-20 'ਚ ਵੀ ਹੈ, ਚਾਹੇ ਉਹ NRI ਮੈਰਿਜਸ ਕਰਕੇ ਵਾਲੇ ਆ ਗਏ, ਮੈਂ ਉੱਧਰ ਤੁਹਾਡਾ ਧਿਆਨ ਦਿਲਾਉਣਾ ਚਾਹੁੰਦੀ ਸੀ, ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਸਾਰੀਆਂ ਵੀ ਕਰਤੀਆਂ, ਲੇਕਿਨ ਇਹ ਸਿਚੁਏਸ਼ਨ ਜਿਹੜੀ ਹੈ ਉਹ ਹੋਰ ਬਦਤਰ ਹੋ ਰਹੀ ਹੈ, ਉਹ ਸਾਡੀ ਠੀਕ ਨਹੀਂ ਹੋਈ ਹੈ ਔਰ ਇਹ ਇੱਕ ਮੇਜਰ ਇਸ਼ੂ ਹੈ ਜਿਹੜਾ ਸਾਨੂੰ 20-20 ਦੇ ਵਿੱਚ ਐਡਰੈਸ ਕਰਨਾ ਚਾਹੀਦਾ। ਠੀਕ ਡਾਕਟਰ ਜਗਵੰਤ ਸਿੰਘ, ਜਦੋਂ ਪੰਜਾਬ ਦਾ ਮਸਲਾ ਖੜਾ ਹੋਵੇ ਕਿ ਸਾਡੀ ਜਵਾਨੀ ਹੈ ਪ੍ਰਵਾਸ ਕਰਦੀ ਪਈ ਹੈ, ਸਾਡਾ ਅਰਥਚਾਰਾ ਵੀ ਨਾਲ ਹੀ ਪ੍ਰਵਾਸ ਕਰਦਾ ਪਿਆ? ਹਾਂ ਕਰਦਾ, ਕਿਉਂਕਿ ਉਸ ਵਿੱਚ ਜਦੀ ਜੋ ਉਹਨੂੰ ਐਜੂਕੇਸ਼ਨ ਲਈ ਜਾਣ ਅਤੇ ਜਿਸ ਕੰਮ ਲਈ ਵੀ ਜਾਂਦੇ ਨੇ ਉਹ ਇੱਕ ਕਾਫੀ ਪੈਸਾ ਇੱਥੋਂ ਪੰਜਾਬ ਤੋਂ ਕੱਢ ਕੇ ਲੈ ਕੇ ਜਾਂਦੇ ਆ। ਤੁਹਾਨੂੰ ਪਿੰਡਾਂ ਜਾ ਕੇ ਪਤਾ ਕਰੋਗੇ ਤਾਂ ਕਈਆਂ ਨੇ ਜ਼ਮੀਨ ਵੇਚ ਕੇ ਗਏ ਆ, ਕਈ ਜਿਹੜੇ ਸੈਟਲ ਹੋ ਗਏ ਉਹਨਾਂ ਨੇ ਆਪਣੀ ਜ਼ਮੀਨਾਂ ਵੇਚਤੀਆਂ, ਤਾਂ ਉਹਦੇ ਨਾਲ ਇੰਨੀ ਵੱਡੀ ਫੀਸ ਪੇ ਕਰਨੀ ਉਹ ਕਿੱਥੋਂ ਆਉਂਦੀ ਹੈ? ਉਹ ਇੱਥੋਂ ਹੀ ਕੁਛ ਕੱਢ ਕੇ ਜਾਂਦੀ ਹੈ, ਜਾਂ ਇੱਥੇ ਦਾ ਬੈਂਕ ਦਾ ਡਿਪੋਜ਼ਿਟ ਘਟੇਗਾ ਕਿਸੇ ਦਾ, ਜਾਂ ਆਪਣੇ ਕੋਈ ਜ਼ਮੀਨ ਜਾਇਦਾਦ ਵੇਚਣਗੇ, ਗਹਿਣਾ ਲੱਤਾ ਵੇਚਣਗੇ, ਤਾਂ ਉਹਦੇ ਨਾਲ ਇੱਕ ਸਾਡੀ ਜਿਹੜੀ ਕਹਿ ਲਓ ਵੈਲਥ ਆਫ ਪੰਜਾਬ ਜਿਹੜੀ ਆ ਉਹਦਾ ਐਕਸਪੋਰਟ ਵੀ ਨਾਲ ਹੀ। ਡਾਕਟਰ ਜਵੰਤ ਸਿੰਘ, ਤਾਂ ਇਨਕਰੇਜ ਕੀਤਾ ਜਾ ਰਿਹਾ ਨਾ ਪੀੜ੍ਹੀ ਨੂੰ, ਤੁਸੀਂ ਜਾਓ ਬਾਹਰ, ਇਨਕਰੇਜ ਕੀਤਾ ਜਾ ਰਿਹਾ? ਇਨਕਰੇਜ ਕਰਨ ਦੀ ਗੱਲ ਤਾਂ ਮੈਂ ਕਹਾਂਗਾ, ਸੇ ਇਨਸਾਨੀ ਫਿਤਰਤ ਹੈ ਕਿ ਆਪਣੀ ਬਿਹਤਰੀ ਲਈ ਹਮੇਸ਼ਾ ਉਹ ਮਾਈਗ੍ਰੇਟ ਕਰਦਾ ਰਿਹਾ, ਸ਼ੁਰੂ ਤੋਂ ਕਰਦਾ ਰਿਹਾ। ਇਹ ਚੰਗੀ ਗੱਲ ਹੈ ਪੰਜਾਬ ਲਈ? ਜੇ ਨਹੀਂ ਬੱਚਿਆਂ ਦੇ ਤੌਰ 'ਤੇ ਕਹਾਂ ਕਿ ਜੇ ਉਹਨਾਂ ਨੂੰ ਇੱਥੇ ਓਪਰਚੁਨਿਟੀ ਕੋਈ ਨਜ਼ਰ ਨਹੀਂ ਆ ਰਹੀ ਔਰ ਉਹ ਆਪਣੀ ਅੱਛੀ ਜ਼ਿੰਦਗੀ ਲਈ ਬਾਹਰ ਜਾਣਾ ਚਾਹੁੰਦੇ ਆ, ਤਾਂ ਅਸੀਂ ਇੱਕੋ ਤਰੀਕੇ ਨਾਲ ਰੋਕ ਸਕਦੇ ਹਾਂ ਕਿ ਅਸੀਂ ਉਹਨਾਂ ਨੂੰ ਇੱਥੇ ਬਿਹਤਰ ਓਪਰਚੁਨਿਟੀ ਆਫਰ ਕਰੀਏ। ਜੇ ਅਸੀਂ ਬਿਹਤਰ ਓਪਰਚੁਨਿਟੀ ਆਫਰ ਨਹੀਂ ਕਰ ਸਕਦੇ ਫਿਰ ਸਾਡਾ ਰੋਕਣਾ ਨਹੀਂ ਬਣਦਾ, ਕਿਉਂਕਿ ਬੱਚੇ ਨੇ ਆਪਣੀ ਜ਼ਿੰਦਗੀ ਜੀਣੀ ਹੈ, ਉਹ ਆਪਣੀ ਜ਼ਿੰਦਗੀ ਦੇ ਫੈਸਲੇ ਕਰ ਲਏ, ਖੁਦ ਮੁਖਤਿਆਰ ਅਸੀਂ ਬੰਨ ਕੇ ਨਹੀਂ ਰੱਖ ਸਕਦੇ, ਕਿਉਂਕਿ ਜੋ ਹੁਣ ਤੱਕ ਸਾਡਾ ਚੱਲ ਰਿਹਾ ਉਹ ਸਾਡੇ ਕੋਲ ਕੋਈ ਇੱਦਾਂ ਦੇ ਇਨਕਰੇਜਿੰਗ ਗੱਲਾਂ ਸਾਹਮਣੇ ਨਹੀਂ ਆ ਰਹੀਆਂ। ਜਿੱਥੇ ਹਰੇਕ ਨੂੰ ਲਾਈਫ ਸਟਾਈਲ ਮਿਲੇਗਾ, ਹਰੇਕ ਅਸੀਂ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਆਏ, ਸ਼ਹਿਰਾਂ ਤੋਂ ਮੈਟਰੋ ਸਿਟੀਜ਼ 'ਚ ਗਏ, ਹੁਣ ਮੌਕਾ ਮਿਲਿਆ ਇੱਥੋਂ ਇੱਥੇ ਬਾਹਰ ਜਾ ਰਹੇ ਹਾਂ, ਇਸ ਕਰਕੇ ਚੰਗੇ ਵਾਸਤੇ ਜਾਂਦੇ ਹਾਂ। ਜਿਹੜੀ ਆਪਾਂ ਨੂੰ ਜਿਹੜਾ ਨਦੀ ਆਪਾਂ ਨੂੰ ਰਹਿਣਾ ਚਾਹੀਦਾ ਇੱਥੇ ਕਿ ਨਹੀਂ? ਦੇਖੋ ਜੀ, ਸਾਡੀ ਆਪਦੀ ਭੂਮੀ ਆ, ਸਾਡਾ ਆਪਦਾ ਪੰਜਾਬ ਆ, ਅਸੀਂ 10 ਦਿਨ ਪਹਿਲਾਂ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ,
ਜਦੋਂ ਅਸੀਂ ਕੁਰਬਾਨੀਆਂ ਸੁਣਦੇ ਹਾਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਆ ਵੀ ਕਿਸ ਤਰ੍ਹਾਂ ਦੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਮੇਰੀ 4 ਸਾਲ ਦੀ ਬੇਟੀ ਇੱਥੇ ਜਦੋਂ ਉਹਨੇ ਸਵਾਲ ਕੀਤਾ ਵੀ ਪਾਪਾ ਮਤਲਬ ਕਿ ਗਰਮ ਦੁੱਧ ਜਿਵੇਂ ਮੋਤੀ ਰਾਮ ਮਹਿਰਾ ਨੇ ਪਿਆਇਆ ਵੀ ਉਹਨਾਂ ਨੂੰ ਗਰਮ ਦੁੱਧ ਵੀ ਨਹੀਂ ਮਿਲ ਰਿਹਾ ਸੀ ਸਾਹਿਬ ਜਦ ਠੰਡ 'ਚ ਜਦੋਂ ਸਾਡੇ ਬੱਚੇ ਠੋਠ ਕਰਦੇ ਸੀ। ਜਦੋਂ ਅਸੀਂ ਆਪਦਾ ਅਮੀਰ ਵਿਰਸਾ ਦੇਖਦੇ ਹਾਂ ਤਾਂ ਸਾਡਾ ਉਦੋਂ ਖੂਨ ਵੀ ਖੌਲਦਾ ਹੈ, ਸਾਨੂੰ ਧਰਤੀ ਨਾਲ ਪਿਆਰ ਵੀ ਵੱਧਦਾ ਗਾ। ਪਿਛਲੇ ਸਮੇਂ 'ਚ ਅਸੀਂ ਮਹਿਸੂਸ ਕੀਤਾ ਜਿਹੜੀ ਤੁਸੀਂ ਗੱਲ ਕੀਤੀ ਆ ਬਾਹਰ ਜਾ ਰਹੇ ਨੇ, ਬਾਹਰ ਜਾਣਾ ਕੋਈ ਬੁਰੀ ਗੱਲ ਨਹੀਂ। ਬਾਹਰ ਜਾ ਕੇ ਅਸੀਂ ਬਹੁਤ ਐਨਆਰਆਈਜ਼ ਦੇਖਿਆ ਜਿਨ੍ਹਾਂ ਨੇ ਪੰਜਾਬ ਦੀ ਹਰ ਚੀਜ਼ ਦੇ ਵਿੱਚ ਕੰਟਰੀਬਿਊਸ਼ਨ ਬਹੁਤ ਪਾਈ ਆ। ਅੱਜ ਅਸੀਂ ਮਾਣ ਨਾਲ ਕਹਿੰਦੇ ਹਾਂ ਜਦੋਂ ਸਾਡਾ ਪੰਜਾਬ ਦਾ MP ਬਾਹਰ ਜਾ ਕੇ ਜਿੱਤਦਾ ਹੈਗਾ, ਕੈਨੇਡਾ 'ਚ ਇੰਨੇ MP ਬਣ ਗਏ, ਨਿਊਜ਼ੀਲੈਂਡ 'ਚ ਬਣ ਗਏ, ਸਾਡੇ ਇੰਗਲੈਂਡ 'ਚ ਬਣ ਗਏ, ਅਸੀਂ ਉੱਥੇ ਜਾ ਕੇ ਝੰਡੇ ਗੱਡੇ ਆ, ਅਸੀਂ ਉੱਥੇ ਜਾ ਕੇ ਵੀ ਆਪਣਾ ਉੱਥੋਂ ਦੀ ਇਕਾਨਮੀ ਦੇ ਵਿੱਚ ਰੋਲ ਪਾਇਆ। ਪਰ ਅਸੀਂ ਆਪਣੀ ਜੜ੍ਹਾਂ ਨਾਲ ਟੁੱਟੀਏ। ਪਿੱਛੇ ਜੇ ਪੰਜਾਬ ਦੇ ਯੂਥ ਅਫੇਅਰ ਡਿਪਾਰਟਮੈਂਟ ਨੇ ਕਨੈਕਟ ਟੂ ਰੂਟਸ ਸ਼ੁਰੂ ਕੀਤਾ ਪ੍ਰੋਗਰਾਮ ਆਪਣੀ ਜੜ੍ਹਾਂ ਨਾਲ ਜੁੜੋ, ਜੇ ਜੋ ਇੰਗਲੈਂਡ ਦੇ ਵਿੱਚ ਉਹ ਪੀੜ੍ਹੀਆਂ ਬੁਲਾਈਆਂ ਵੀ ਜਿਹੜੀਆਂ 3 ਪੀੜ੍ਹੀਆਂ ਤੋਂ ਬਾਹਰ ਰਹਿ ਰਹੇ ਸੀ ਯੂਥ, ਉਹਨਾਂ ਦੇ ਬੱਚਿਆਂ ਨੂੰ ਬੁਲਾ ਕੇ ਪੰਜਾਬ ਦਾ ਰੂਰਲ ਟੂਰਿਜ਼ਮ, ਪੰਜਾਬ ਦਾ ਫਾਰਮ ਟੂਰਿਜ਼ਮ, ਪੰਜਾਬ ਦਾ ਸਪੋਰਟਸ, ਪੰਜਾਬ ਦਾ ਕਲਚਰ ਦਿਖਾਇਆ ਗਿਆ। ਮੈਂ ਕਹਿੰਦਾ ਯੂਥ ਬਾਹਰ ਜਾਂਦਾ ਵੀ ਹੈ ਤਾਂ ਪੰਜਾਬ ਆਪਣੀਆਂ ਜੜ੍ਹਾਂ ਨਾਲ ਨਾ ਟੁੱਟੇ। ਅਸੀਂ ਵੀ ਜਦ ਚੰਡੀਗੜ੍ਹ 'ਚ ਰਹਿੰਦੇ ਹਾਂ KP ਜੀ, ਤੁਸੀਂ ਵੀ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ, ਅਸੀਂ ਵੀ 2 ਮਹੀਨੇ ਬਾਅਦ 15 ਦਿਨ ਬਾਦ ਪਿੰਡ ਗੇੜਾ ਮਾਰ ਕੇ ਆਉਂਦੇ ਹਾਂ। ਨਵਦੀਪ ਜੀ, ਮੈਂ ਆਖਰੀ ਸਵਾਲ ਤੁਹਾਨੂੰ ਕਰਾਂ ਕਿ ਸਾਨੂੰ ਇਹ ਲੱਗਦਾ ਕਿ ਪ੍ਰਵਾਸੀ ਹੀ ਹੁਣ ਪੰਜਾਬ ਨੂੰ ਸਾਂਭ ਸਕਦੇ ਆ? ਪ੍ਰਵਾਸ ਹੁੰਦਾ ਸੀ, ਉੱਥੋਂ ਪੈਸਾ ਕਮਾ ਕੇ ਇੱਥੇ ਆਉਂਦਾ ਸੀ, ਅੱਜ ਇੱਥੋਂ ਪੈਸਾ ਬਾਹਰ ਜਾ ਰਿਹਾ, ਉਹ ਕਿਉਂ ਹੈ? ਚਾਹੇ ਉਹ ਨਸ਼ਿਆਂ ਦੇ ਰਾਹੀਂ, ਅੱਜ ਇੱਥੋਂ ਦੀ ਜਿਹੜੀ ਰੂਲਿੰਗ ਡਿਸਪੈਂਸੇਸ਼ਨ ਆ, ਰਾਜ ਕਰਨ ਵਾਲੇ ਨੇ, ਉਹਨਾਂ ਦੀ ਲੋੜ ਹੈ ਕਿ ਪੰਜਾਬ ਦੀ ਜਿਹੜੀ ਜ਼ਮੀਨ ਉਹ ਵਿਕੇ, ਪੰਜਾਬ ਦੀ ਜ਼ਮੀਨ ਵਿਕੇ ਕਾਰਪੋਰੇਟਾਂ ਨੂੰ ਦਿੱਤੀ ਜਾਵੇ, ਚਾਹੇ ਉਹ ਜ਼ਮੀਨ ਨਸ਼ਿਆਂ ਵਾਸਤੇ ਵਿਕੇ, ਚਾਹੇ ਉਹ ਜ਼ਮੀਨ ਕਤਲਾਂ ਕਰਕੇ ਤਾਂ ਵਿਕੇ, ਚਾਹੇ ਉਹ ਜ਼ਮੀਨ ਕਿਸੇ ਜੁਰਮ 'ਚ ਫਸ ਕੇ ਵਿਕੇ, ਚਾਹੇ ਉਹ ਬਾਹਰ ਜਾਣ ਵਾਸਤੇ ਵਿਕੇ, ਕਾਰਪੋਰੇਟ ਨੂੰ ਜ਼ਮੀਨ ਦੇਣ ਦਾ ਤਰੀਕਾ ਇਹ ਕਿ ਇਹਦੇ ਉੱਤੇ ਠੱਲ, ਇਹਨੂੰ ਫਿਰ ਤਰ੍ਹਾਂ ਤਰ੍ਹਾਂ ਦੇ ਨਵੇਂ ਨਵੇਂ ਫਲਾਫੀ ਤਰੀਕੇ ਦਿੱਤੇ ਜਾਂਦੇ ਨੇ ਵੀ ਆਹ ਹੋ ਜੂ, ਆਹ ਹੋ ਜੂ। ਆ ਪਾਣੀ ਦੀਆਂ ਬੋਤਲਾਂ, ਇੱਕ ਲਾਈਨ 'ਚ ਕਹਾਂਗਾ, ਪਾਣੀ ਦੀਆਂ ਬੋਤਲਾਂ ਮਾਲਵੇ ਦੇ ਵਿੱਚ ਪਾਣੀ 150 ਰੁਪਏ ਕਿਲੋ ਲੀਟਰ ਉਦੋਂ ਵਿਕਣ ਲੱਗਿਆ, ਜਦਕਿ ਚੰਡੀਗੜ੍ਹ 'ਚ 5 ਰੁਪਏ ਕਿਲੋ ਲੀਟਰ ਲੋਕਾਂ ਦੇ ਘਰਾਂ 'ਚ ਪਾਣੀ, ਉਸੇ ਕਜੌਲੀ ਵਾਟਰ ਵਰਕਸ, ਉਸੇ ਭਾਖੜਾ ਨਹਿਰ ਦਾ ਆ ਰਿਹਾ, ਜਦ ਵਰਲਡ ਬੈਂਕ ਦੀ ਸਕੀਮ ਇੱਥੇ ਆਈ 2003 ਦੇ ਵਿੱਚ। ਸੋ ਜਦ ਅਸੀਂ ਵਰਲਡ ਬੈਂਕ ਦੀਆਂ ਸਕੀਮਾਂ ਦੇ ਉੱਤੇ ਅੰਨੇ ਵਾਹ ਉਹਨੂੰ ਵੀ ਹਾਂ ਬੜੀ ਵਧੀਆ ਚਾਲੂ ਕਰ ਦਿਉ, ਲੋਕਾਂ ਦੇ ਜਿੱਥੇ ਖੂਨ ਨਹੀਂ ਹੈ ਉੱਥੇ ਨਸਲ ਲਾਉਣੀ ਸ਼ੁਰੂ ਕਰਾਂਗੇ, ਪੰਜਾਬ ਨੂੰ ਪੰਜਾਬੀਆਂ ਨੇ ਬਚਾਉਣਾ, ਇੱਥੋਂ ਦੇ ਰਹਿਣ ਵਾਲਿਆਂ ਨੇ ਬਚਾਉਣਾ। ਇਹ ਠੀਕ ਹੈ, ਬਾਹਰਲਿਆਂ ਦੀ ਬੜੀ ਵੱਡੀ ਭੂਮਿਕਾ ਹੈ, ਉਹ ਭੂਮਿਕਾ ਹੈ, ਉਹ ਕੈਟਾਲਿਸਟ ਨੇ, ਉਹ ਇਹਦੇ ਬਦਲਾਅ ਦੇ ਏਜੰਟ ਨਹੀਂ ਬਣਦੇ, ਬਦਲਾਅ ਦੇ ਏਜੰਟ ਬਣਦੇ ਨੇ ਗਦਰੀ ਬਾਬਿਆਂ ਦੀ ਤਰ੍ਹਾਂ, ਫਿਰ ਉਹ ਮੁੜ ਕੇ ਇੱਥੇ ਆ ਕੇ ਸਟਰਗਲ ਸ਼ੁਰੂ ਕਰਨ। ਲੋਕ ਲਹਿਰ ਬਣ ਜਾਓ ਤੇ ਉਹ ਸਾਰੇ ਮਸਲਿਆਂ ਦਾ ਹੱਲ ਨਿਕਲੂਗਾ। ਚਲੋ, ਇਹ ਮੈਂ ਆਖਰੀ ਮਿੰਟ ਤੁਹਾਡੇ ਸਾਰੇ ਮਹਿਮਾਨਾਂ ਦਾ ਲੈਣਾ, ਕੀ 2020 ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? 2020 ਵਿੱਚ ਮੇਰਾ ਸੁਨੇਹਾ ਇਹੀ ਹੈ ਕਿ ਪੰਜਾਬ ਨੂੰ ਕਿਵੇਂ ਵਾਇਲੈਂਸ ਫਰੀ ਸਟੇਟ ਜਿਹੜੀ ਹੈ ਉਹ ਬਣਾਇਆ ਜਾਏ, ਔਰ ਪੰਜਾਬ ਵਿੱਚ ਔਰਤਾਂ ਦੇ ਵਾਸਤੇ ਇੱਕ ਨੀਤੀ ਬਣਨੀ ਚਾਹੀਦੀ ਹੈ। ਕਿੰਨੇ ਸਾਲਾਂ ਤੋਂ ਅਸੀਂ ਇਹ ਡਿਮਾਂਡ ਕਰ ਰਹੇ ਹਾਂ, ਦੇਰ ਇਜ਼ ਨੋ ਪੋਲਿਸੀ ਔਨ ਵਿਮੈਨ ਇਨ ਪੰਜਾਬ, ਔਰ ਪੰਜਾਬ ਵਾਇਲੈਂਸ ਫਰੀ ਸਟੇਟ ਹੋਣੀ ਚਾਹੀਦੀ। ਡਾਕਟਰ ਜਵਾਨ ਸਿੰਘ, ਪੰਜਾਬ ਦੇ ਲਈ 2020 ਵਿੱਚ ਇਕੋਨਮੀ ਤੌਰ 'ਤੇ ਬਹੁਤ ਵੱਡੀਆਂ ਵੱਡੀਆਂ ਚੈਲੇਂਜਸ ਹੈ, ਔਰ ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਮਿਲ ਕੇ ਉਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ, ਔਰ ਬਿਊਰੋਕਰੇਸੀ ਜਿਹੜੀ ਹੈ ਇਸ ਮੌਕੇ ਮੈਨੂੰ ਲੱਗਦਾ ਸੁੱਤੀ ਪਈ ਹੈ, ਉਹਨਾਂ ਨੂੰ ਵੀ ਐਕਟਿਵ ਰੋਲ ਪਲੇ ਕਰਨ ਦੀ ਜ਼ਰੂਰਤ। ਨਦੀਪ, ਪੰਜਾਬ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ? ਪੰਜਾਬ, ਕਿਉਂਕਿ ਮੈਨੂੰ ਬੜਾ ਦੁੱਖ ਹੁੰਦਾ ਜੋ ਪੰਜਾਬ ਦਾ ਯੂਥ ਕਹਿੰਦਾ ਕਿ ਮੇਰਾ ਨਾਲ ਦਾ ਜਿਹੜਾ ਸਾਥੀ ਉਹ ਮਰ ਗਿਆ ਨਸ਼ੇ ਕਰਕੇ, ਮੈਨੂੰ ਉਦੋਂ ਬੜਾ ਦੁੱਖ ਹੁੰਦਾ। ਨਦੀਪ, ਦੇਖੋ ਜੀ, ਜਦੋਂ ਇੱਕ ਪਲੇਅਰ ਜਿੱਤ ਤਾਂ ਕੇ ਆਉਂਦਾ ਤਾਂ ਉਹਨੂੰ ਦੇਖ ਕੇ ਯੂਥ ਇੰਸਪਾਇਰ ਹੁੰਦਾ ਗਾ। ਮੈਂ ਤਾਂ ਕਹਿੰਦਾ ਜਦੋਂ ਸਾਡਾ ਰਿਕਾਰਡ ਆਏਗਾ, ਸਾਡੇ ਓਲੰਪਿਕਸ ਮੈਡਲ ਆਉਣਗੇ, ਅਸੀਂ 1980 ਤੋਂ ਬਾਅਦ ਹਾਕੀ ਮੈਡਲ ਨੂੰ ਤਰਸ ਰਹੇ ਹਾਂ, ਅਤੇ ਸਾਡਾ ਓਲੰਪਿਕ 'ਚ ਮੈਡਲ ਆਏਗਾ ਜਦੋਂ, ਤਾਂ ਉਹਨੂੰ ਦੇਖ ਕੇ 100 ਪਲੇਅਰ ਇੰਸਪਾਇਰ ਹੋਣਗੇ। ਇੱਕ ਪ੍ਰਿਥੀਪਾਲ ਜੰਮਿਆ ਸੀ, ਇੱਕ ਦਾਰਾ ਸਿੰਘ ਜੰਮਿਆ ਸੀ, ਇੱਕ ਬਲਬੀਰ ਸਿੰਘ ਜੰਮਿਆ ਸੀ, ਉਹਨੂੰ ਦੇਖ ਕੇ 1000 ਪਲੇਅਰ ਹਾਕੀ ਖੇਡਣ ਲੱਗ ਗਏ ਸੀ, ਐਥਲੈਟਿਕ 'ਚ ਆ ਗਏ ਸੀ, ਕੋਈ ਰੈਸਲਿੰਗ ਕਰਨ ਲੱਗ ਗਏ ਸੀ। ਇਸ ਤਰ੍ਹਾਂ ਓਲੰਪਿਕ ਸਾਡਾ ਜੇ ਮੈਡਲ ਆਏਗਾ ਤਾਂ ਯੂਥ ਆਪਣੇ ਆਪ ਗਰਾਊਂਡਾਂ ਦੇ ਵਿੱਚ ਮਹਾਨ ਆਪਣੇ ਆਪ ਕਰੇਗਾ। ਚਲੋ, ਡਾਟਾ ਕਰਕੇ ਲਾਸਟ ਪੁਆਇੰਟ ਤੁਹਾਡੇ 2020 'ਚ ਕੀ ਸੁਣਿਆ? ਇੱਕੋ ਹੀ ਗੱਲ ਹੈ ਕਿ ਅੱਜ ਅਸੀਂ ਜਿਹੜੇ ਪੁਰਾਣੇ ਜਿਹੜੇ ਤੌਰ ਤਰੀਕੇ ਨੇ, ਗੁਰੂ ਗ੍ਰੰਥ ਸਾਹਿਬ ਦੀ ਇੱਕ ਮੈਂ ਕਹਾਂਗਾ, ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੋਰੜੀ ਵਰਤ ਸਭ ਕਿਛ ਸਾਂਝੀ, ਪੇਵ ਘੜੇ ਧਨ ਵੱਖੇ, ਆਪ ਕੁਛ ਅੱਜੀ ਦੋਸਨ ਦੇਉ ਜਾਣਾ ਨਾ ਹੀ ਰੱਖੇ, ਹੋ ਆਪੇ ਭਰਮ ਪੁਰਾਣੀ, ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਜੇ ਅਸੀਂ ਪੁਰਾਣੇ ਸਾਲਾਂ ਦੇ ਉੱਤੇ ਜੋ ਕੁਛ ਕਰਿਆ, ਜੋ ਤੌਰ ਤਰੀਕੇ ਕਰੇ, ਜੋ ਐਡਮਿਨਿਸਟ੍ਰੇਸ਼ਨ ਕਰੀ, ਜੋ ਆਪਣੇ ਅਸੈਂਬਲੀਆਂ ਚਲਾਈਆਂ, ਉੱਦਾਂ ਹੀ ਚੱਲਦੇ ਰਹੇ, ਨਹੀਂ ਚੱਲੇਗਾ। ਜੇ ਅਸੀਂ ਅੱਜ ਇੱਕ ਲੋਕ ਲਹਿਰ ਬਣਾਈਏ ਤਾਂ ਸਾਰੇ ਮਸਾਂ ਹੱਥੀ ਦੀ ਪੈਣ, ਸਾਰੀਆਂ ਪੈਣਾਂ, ਸਾਰੇ ਮਸਾਂ ਦਾ ਹੱਲ ਨਿਕਲੂ, ਚੋਂ ਨਵੀਂ ਲੀਡਰਸ਼ਿਪ ਨਿਕਲੂ, ਉਹ 'ਚੋਂ ਨਵੀਂ ਸੋਚ ਨਿਕਲੂ, ਉਹ 'ਚੋਂ ਬਰਾਬਰਤਾ ਨਿਕਲੂ, ਉਹ ਤੋਂ ਔਰਤਾਂ ਪ੍ਰਤੀ ਇੱਜ਼ਤ ਨਿਕਲੂ, ਉਹ ਤੋਂ ਔਰਤਾਂ ਦੀ ਸੁਰੱਖਿਆ ਨਿਕਲੂ, ਉਹ ਤੋਂ ਵਾਤਾਵਰਨ ਦੀ ਸੁਰੱਖਿਆ ਨਿਕਲੂ, ਉਹ 'ਚੋਂ ਰੁਜ਼ਗਾਰ ਪੈਦਾ ਹੋਣਗੇ, ਉਹ 'ਚੋਂ ਇਨਸਾਫ ਪੈਦਾ ਹੋਏਗਾ।
चलो बहुत धन्यवाद डॉक्टर अगर तुहाडा नवदीप गिल तुहाडा बहुत धन्यवाद डॉक्टर प्रेमरोजपुर तुहाडा बहुत धन्यवाद डॉक्टर जगवंत सिंह तुहाडा बहुत धन्यवाद सारे मेहमानों का बहुत धन्यवाद करते हैं असी अक्सर इस डिबेट के बड़े तिखे सवाल लैके आने हैं तो तिखे सवाल पूछते रहेंगे तिखे सवाल असी भुले नहीं गए पर 2020 का जो आगाज़ होया तो इस मौके सानू सोचना पवेगा कि एक नवी लीडरशिप एक नवी सोच की जरूरत हैगी है पंजाब की जवानी की एनर्जी चैलेंज करने की जरूरत हैगी है पंजाब की जवानी तो बहुत आसा है असी स्टूडेंट यूथ नूं असी हमेशा इग्नोर करके चलते हैं औरतों नूं मटियारां नूं असी इग्नोर करके चलते पे इसलिए शायद असी पिछे रह गए हैं जो असी इन्हां सारे नूं नाल लैके चलांगे खेती जवानी किसानी तो सारे इकट्ठे होकर चलेंगे तो पंजाब की खुशहाली अगे आ सकती है पर खुशहाल पंजाब जिहड़ा कदे असी सुणदे हुंदे सीगे साडा पंजाब अपना पंजाब हुण किहड़ा पंजाब तों किहड़े पंजाब वल ना हो जाइए कि किहड़े पंजाब दा तूं रहण वाला हैगा इह सवाल साडे अगे ना खड़ा हो जाए इस लई 2020 विच सानूं सोचना पवेगा तो जे सोचना हैगा तो फिर इकट्ठे होकर सोचना पवेगा जे पंथ दे नाते धर्म दे नाते वंडियां पाउणियां फिर बाबे नानक दे फलसफे नूं जे असीं छड्डना हैगा फिर पंजाब दा कोई कुछ नहीं सुधार सकता बाबे नानक का फलसफा ही साढ़े सारे लिए एक चाना मुनारा बन सकता है उस फलसफे से चलिए सिर्फ असी प्रकाश पुरब मना तक सीमित ना रह जाइए उस फलसफे को हकीकी तौर पर असी जमीन पर लैके आईए ता ही 2020 जो चाहता है पंजाब वो भविख के रस्तिया पंजाब है वह पैड़ा तय कर सकता है एक बार फिर नवे वर दी मुबारक तो आने दिनों के होर तिखे सवाल लैके हाज़र होऊंगा क्योंकि सानू तुहानू सारयां नू पंजाब दी फिक्र हैगी है ते क्योंकि असी पंजाबी हां फिक्र तां करनी बनदी है बहुत धन्यवाद।